ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਇੱਕ ਹੋਰ ਬਹੁਤ ਹੀ ਖਾਸ ਪ੍ਰੋਗਰਾਮ ਤੁਹਾਡਾ ਲੈ ਕੇ ਹਾਜ਼ਰ ਹੋਏ ਹਾਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਪਹੁੰਚੇ ਹਾਂ ਇੱਕ ਬਹੁਤ ਹੀ ਬਿਊਟੀਫੁੱਲ ਲੋਕੇਸ਼ਨ ਤੇ ਮੈਂ ਪ੍ਰੋਗਰਾਮ ਪੇਸ਼ ਕਰ ਰਹੀ ਹਾਂ ਬੇਦੀ ਮੈਂਸ਼ਨ ਲੌਂਗ ਆਇਲੈਂਡ ਤੋਂ ਤੇ ਇਹ ਜੋ ਵੈਨਿਊ ਹੈਗਾ ਇਹਦੇ ਮੈਂ ਕਵਾਂਗੀ ਕਰਤੇ ਧਰਤੇ ਜੋ ਬੇਦੀ ਪਰਿਵਾਰ ਹੈ ਉਹਨਾਂ ਨੇ ਸਾਨੂੰ ਅੱਜ ਇੱਥੇ ਸੱਦਿਆ ਬਿਕੋਜ਼ ਅੱਜ ਅਸੀਂ ਗੱਲ ਕਰਨ ਜਾਣੇ ਆ ਨਾ ਕਿ ਸਿਰਫ ਪੰਜਾਬ ਦੀ ਬਟ ਪੰਜਾਬ ਤੋਂ ਉੱਜੜ ਕੇ ਜੋ ਵਕ ਵਕ ਮੁਲਕਾਂ ਦੇ ਵਿੱਚ ਸਾਡੇ ਪੰਜਾਬੀ ਸਾਡੇ ਸਿੱਖ ਰਹਿੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਅੱਜ ਦੀ ਡੇਟ ਦੇ ਵਿੱਚ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਜਿੱਥੇ ਉਹ ਕੁਝ ਇਹੋ ਜੀ ਸਿਚੁਏਸ਼ਨਸ ਦੇ ਵਿੱਚ ਹੈਗੇ ਜਿੱਥੇ ਉਹਨਾਂ ਦੀ ਸੇਫਟੀ ਕੰਪਰੋਮਾਈਜ਼ ਹੋਈ ਹੈ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਸੇਫ ਹੈਵਨ ਦਿੱਤਾ ਜਾ ਰਿਹਾ ਤੇ ਆਫਕੋਰਸ ਇੱਕ ਇਹੋ ਜੀ ਸੰਸਥਾ ਬਾਰੇ ਇੱਕ ਵਾਰ ਫਿਰ ਗੱਲ ਕਰਨ ਜਾ ਰਹੇ ਹਾਂ ਜੋ ਕਿ ਨਾ ਕਿ ਸਿਰਫ ਪੰਜਾਬ ਦੇ ਵਿੱਚ ਇੱਕ ਚੇਂਜ ਲੈ ਕੇ ਆ ਰਹੀ ਹੈ ਬਟ ਪੰਜਾਬੀਆਂ ਨੇ ਦੁਨੀਆ ਭਰ ਜੋ ਵਸਦੇ ਐ ਉਹਨਾਂ ਨੂੰ ਇਸ ਚੇਂਜ ਦੇ ਵਿੱਚ ਇਨਵੋਲਵ ਕਰਦੀ ਹੈ ਤੋਂ ਸਭ ਤੋਂ ਪਹਿਲੇ ਜੋ ਸਾਡਾ ਪੈਨਲ ਅੱਜ ਸਾਡੇ ਨਾਲ ਜੁੜਿਆ ਮੈਂ ਉਹਨਾਂ ਦੇ ਨਾਲ ਤੁਹਾਡੀ ਇੰਟਰੋਡਕਸ਼ਨ ਕਰਾਉਣਾ ਚਾਹੁੰਦੀ ਆ ਲਾਈਵ ਆਡੀਅנס ਵੀ ਸਾਡੇ ਨਾਲ ਪਹੁੰਚੀ ਹੈ ਉਹਨਾਂ ਦੇ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਬਟ ਸਭ ਤੋਂ ਪਹਿਲੇ ਮੈਂ ਸਾਡੇ ਅੱਜ ਹੋਸਟ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਨਾ ਚਾਹੁੰਦੀ ਆ ਪਰਮਿੰਦਰ ਸਿੰਘ 베ਦੀ ਜੀ ਥੈਂਕ ਯੂ ਸੋ ਮੱਚ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਾਡੇ ਨਾਲ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਫ ਕੌਰਸ ਪਰਮਜੀਤ ਸਿੰਘ 베ਦੀ ਜੀ ਇਹਨਾਂ ਨੇ ਸਾਨੂੰ ਇੱਥੇ ਹੋਸਟ ਕੀਤਾ ਇਹਨੇ ਪਿਆਰ ਦੇ ਨਾਲ ਸੱਦਿਆ 베ਦੀ ਸਾਹਿਬ ਤੁਸੀਂ ਯੂਅਰ ਸਨ ਸਤਬੀਰ 베ਦੀ ਜਿੰਨੂੰ ਪਿਆਰ ਨਾਲ ਕੁੱਚਾ ਵੀ ਕਹਿੰਦੇ ਆ ਸਾਰੇ ਤੁਸੀਂ ਹਮੇਸ਼ਾ ਕੌਮ ਦੇ ਕੋਈ ਵੀ ਕੰਮ ਹੋਣ ਅੱਗੇ ਖੜ ਕੇ ਤੁਸੀਂ ਸਪੋਰਟ ਕਰਦੇ ਹੋ ਅਮ ਦੇਦੀ ਜੀ ਖਾਸ ਕਰਕੇ ਜਿੱਥੇ ਜੋ ਅਫਗਾਨੀ ਸਿੱਖ ਹੈਗੇ ਉਹਨਾਂ ਦੇ ਨਾਲ ਕਿੰਨੀ ਜੋ ਤਕਲੀਫਾਂ ਹੋਈਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਅਤਿਆਚਾਰ ਹੋਇਆ ਉਹਨਾਂ ਤੇ ਆ ਉਹਨਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਭਾਵੇਂ ਯੂਐਸ ਗਵਰਨਮੈਂਟ ਦੇ ਨਾਲ ਹੋਏ ਆ ਇੰਡੀਅਨ ਗਵਰਨਮੈਂਟ ਦੇ ਨਾਲ ਹੋਏ ਵੱਖ-ਵੱਖ ਮੁਲਕਾਂ ਦੇ ਨਾਲ ਤੁਸੀਂ ਰਲ ਕੇ ਮੇਕ ਸ਼ੋਰ ਕੀਤਾ ਹੈ ਕਿ ਉਹਨਾਂ ਨੂੰ ਸੇਫਟੀ ਦਿੱਤੀ ਜਾਏ ਉਹਨਾਂ ਨੂੰ ਸੇਫ ਤਰੀਕੇ ਨਾਲ ਕੱਢਿਆ ਜਾਏ ਥੈਂਕ ਯੂ ਸੋ ਮੱਚ ਫॉर ਥਿਸ ਐਂਡ ਇਥੇ ਜਿੱਥੇ ਗੁਰਨਾਨਕ ਦਰਬਾਰ ਹਿਕਸਵਿਲ ਦੀ ਗੱਲ ਆਉਂਦੀ ਹੈ ਤੁਸੀਂ ਫਾਊਂਡਰ ਚੇਅਰਮੈਨ ਦਾ ਰੋਲ ਵੀ ਨਿਭਾ ਰਹੇ ਹੋ ਆਮ ਵਾਂਸ ਅਗੇਨ ਥੈਂਕ ਯੂ ਸੋ ਮਚ ਫॉर ਹੈਵਿੰਗ ਅਸ ਆਮ ਇਸ ਪੈਨਲ ਤੇ ਸਾਡੇ ਨਾਲ ਜੁੜੇ ਹਨ ਆਲਸੋ ਜੁਆਇਨਿੰਗ ਅਸ ਸੁਰਿੰਦਰ ਸਿੰਘ ਚਾਵਲਾ ਜੀ ਜੋ ਕਿ ਸਾਬਕਾ ਚੇਅਰਮੈਨ ਰਹੇ ਹਨ ਪਲੇਨ 뷰 ਗੁਰਦੁਆਰੇ ਦੇ ਸੁਰਿੰਦਰ ਜੀ ਤੁਸੀਂ ਵੀ ਕੌਮ ਦੇ ਇੱਕ ਲੀਡਰ ਦੇ ਤੌਰ ਤੇ ਇਸ ਕਮਿਊਨਿਟੀ ਦੇ ਵਿੱਚ ਮੰਨੇ ਜਾਂਦੇ ਹੋ ਆਮ ਸੋ ਗਲੈਡ ਤੁਸੀਂ ਅੱਜ ਸਾਡੇ ਨਾਲ ਜੁੜੇ ਹੋ ਬਿਕੋਜ਼ ਇਹ ਜੋ ਸੰਸਥਾ ਦੇ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਇਸ ਸੰਸਥਾ ਦੇ ਨਾਲ ਤੁਹਾਡਾ ਬਹੁਤ ਪੁਰਾਣਾ ਲਗਾਵ ਹੈ 20 ਤੋਂ ਵੱਧ ਸਾਲਾਂ ਤੋਂ ਤੁਸੀਂ ਜੁੜੇ ਹੋਏ ਹੋ ਆਪ ਤੁਸੀਂ ਵਿਜ਼ਿਟ ਕੀਤਾ ਹੈ ਮਾਚਲ ਦੇ ਵਿੱਚ ਬਾਬਾ ਜੀ ਸੰਤ ਬਾਬਾ ਇਕਵਾਲ ਸਿੰਘ ਜੀ ਤੁਹਾਡੇ ਨਾਲ ਖੁਦ ਆ ਕੇ ਰਹੇ ਹੋਏ ਹੈ ਤੁਸੀਂ ਉਹਨਾਂ ਦੀ ਸੇਵਾ ਇੱਥੇ ਬਹੁਤ ਵੱਡੇ ਲੈਵਲ ਤੇ ਕੀਤੀ ਆਮ ਸੋ ਗਲੈਡ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਨਾਲ ਕਰ ਰਹੇ ਹੋ ਤੇ ਆਫ ਕੋਰਸ ਬੜੂ ਸਾਬ ਦੇ ਸੇਵਾਦਾਰ ਜਸਪਾਲ ਸਿੰਘ ਜੀ ਇੱਕ ਵਾਰੀ ਫਿਰ ਸਾਡੇ ਨਾਲ ਜੁੜੇ ਹਨ ਤੁਹਾਨੂੰ ਵੀ ਸਵਾਗਤ ਜਸਪਾਲ ਜੀ ਆਮ ਪਰਮਿੰਦਰ ਐਕਸਕਿਊਜ਼ ਮੀ ਪਰਮਜੀਤ ਸਿੰਘ ਜੀ ਆਮ ਸੋ ਸੌਰੀ ਪਰਮਜੀਤ ਸਿੰਘ ਜੀ ਪਹਿਲੇ ਵੀ ਅਸੀਂ ਜਦੋਂ ਇਹ ਪ੍ਰੋਗਰਾਮ ਕੁਝ ਕੀਤੇ ਆ ਪਾਵੇਂ ਉਹ ਇੱਕ ਪੋਲਿਟਿਕਲ ਤੇ ਡਿਪਲੋਮੈਟਿਕ ਸਾਈਡ ਤੋਂ ਹੋਣ ਅਫਗਾਨੀ 6 ਨੂੰ ਕੱਢਣ ਦੇ ਤੌਰ ਤੇ ਜਾਂ ਇਸ ਸੰਸਥਾ ਦੇ ਨਾਲ ਜੁੜੇ ਹੋਏ ਪ੍ਰੋਗਰਾਮਸ ਉਹਨਾਂ ਨੂੰ ਰੀਸੈਟਲ ਉਹਨਾਂ ਨੂੰ ਇੱਕ ਨਵਾਂ ਤੁਸੀਂ ਕਹਿ ਲਓ ਨਵੀਂ ਬਿਗਨਿੰਗ ਦੇਣ ਦੇ ਤੌਰ ਤੋਂ ਤੁਸੀਂ ਸਾਡੇ ਨਾਲ ਜੁੜ ਕੇ ਇਸ ਚੀਜ਼ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਬੜੂ ਸਾਬ ਸੰਸਥਾ ਦੇ ਨਾਲ ਤੁਸੀਂ ਕਿਸ ਤਰ੍ਹਾਂ ਇਸ ਕਾਰਜ ਦੇ ਵਿੱਚ ਆ ਪਾਰਟਿਸਿਪੇਟ ਕੀਤਾ ਮੈਂ ਚਾਹਾਂਗੀ ਇਹਦੇ ਨਾਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਅਸ਼ਮਿਤਾ ਜੀ ਔਰ ਜਸ ਪੰਜਾਬੀ ਦੇ ਸਾਰੇ ਦਰਸ਼ਕਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਕੁਐਸਚਨ ਕੀਤਾ ਹੈ 2014 ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਇੱਥੇ ਨੇ 2014 ਸਨ ਸਾਰੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਹੋਏ ਨੇ ਸਾਰੇ ਗੁਰੂ ਘਰਾਂ ਚਾਏ ਨੇ ਫੁਰੰਤ ਦੇ ਵਿੱਚ ਅਸੀਂ ਆਪਣਾ ਪ੍ਰੋਗਰਾਮ ਇੱਕ ਐਂਟਨ ਰੈਸਟੋਰੈਂਟ ਜਿਹੜਾ ਉੱਤੇ ਹੋਇਆ ਸੀਗਾ ਤੇ ਚਾਵਲਾ ਜੀ ਹੋਰ ਸਾਰੇ ਕਈ ਪਤਵੰਤੇ ਸੱਜਣ ਆਏ ਸੀ ਉੱਤੇ ਪਰ ਮੇਰੀ ਲਾਈਫਸ ਦੈਟ ਵਾਸ ਦਾ ਫਰਸਟ ਟਾਈਮ ਕਿ ਬਾਬਾ ਜੀ ਨੂੰ ਮਿਲੇ ਔਰ ਬੜੂ ਸਾਹਿਬ ਨਾਲ ਜੁੜੇ ਆਇਆ ਫਿਰ ਉਸ ਤੋਂ ਬਾਅਦ ਪਤਾ ਲੱਗਾ ਕਿ ਜੋ ਵੀ ਬੜੂ ਸਾਹਿਬ ਦਾ ਇਤਿਹਾਸ ਸ਼ਾਇਦ ਕਿ ਕਾਫੀ ਪੁਰਾਣਾ ਹੈ 60 70 80 ਸਾਲ ਦਾ ਔਰ ਜਿੱਥੇ ਤੱਕ ਅੱਜ ਪਤਾ ਹੈ ਕਿ ਆਪਣਾ ਉਹਨਾਂ ਦੇ 129 ਸਕੂਲ ਨੇ ਦੋ ਯੂਨੀਵਰਸਟੀਆਂ ਨੇ ਮੈਂ ਆਪਣੀ ਵਾਈਫ ਕੁਲਦੀਪ ਬੇਦੀ ਨਾਲ 2019 ਚ ਗਿਆ ਸੀ ਗੁਰੂ ਕੀ ਕਾਂਸ਼ੀ ਕਹਿੰਦੇ ਨੇ ਬਠਿੰਡਾ ਤਖਤ ਅਬਦਮਾ ਸਾਹਿਬ ਤੇ तकरीबन तकरीबन ਤਕਮੀਲ ਹੋ ਚੁੱਕੀ ਸੀ ਬਣ ਚੁੱਕੀ ਸੀ ਉਹ ਉੱਥੇ ਵੀ ਦਰਸ਼ਨ ਕੀਤੇ ਨੇ ਪਰ ਮੈਂ ਜਿਹੜਾ ਜੋ ਮੇਰਾ ਵਿਜ਼ਨ ਹੈ ਤੋਂ ਕਿ ਜਿਹੜੇ ਵੀ ਦੁਨੀਆ 'ਚ ਅੱਛੇ ਤੇ ਕਮ ਹੁੰਦੇ ਨੇ ਨਾ ਉਹਦੇ ਵਿੱਚ ਕੁਝ ਲੋਕਾਂ ਨੇ ਉਹ ਬਰਖਲਾਫੀ ਹੁੰਦੇ ਨੇ ਕੋਈ ਕੁਐਸਚਨ ਹੁੰਦੇ ਨੇ ਤੇ ਅੱਛੇ ਵੀ ਹੁੰਦੇ ਨੇ ਤੇ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਹਰ ਅੱਛੇ ਕੰਮ ਦੇ ਵਿੱਚ ਕਰਨ ਲੱਗਿਆ ਕੋਈ ਨਾ ਕੋਈ ਗਲਤੀਆਂ ਹੋ ਜਾਂਦੀਆਂ ਨੇ ਜਾਂ ਗਲਤੀਆਂ ਲੱਭੀਆਂ ਜਾ ਸਕਦੀਆਂ ਨੇ ਪਰ ਜੋ ਅੱਛਾ ਕੰਮ ਇਹਦੇ ਚ ਹੈਗਾ ਜੋ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਵਿੱਚ ਅਗਰ 129 ਸਕੂਲ ਖੋਲੇ ਗਏ ਨੇ ਉਹ ਵੀ ਪਿੰਡਾਂ ਦੇ ਵਿੱਚ ਉਹ ਵੀ ਪਿੰਡਾਂ ਦੇ ਵਿੱਚ ਠੀਕ ਆ ਉਹਦੇ ਚ ਸਿੱਖ ਬੱਚੇ ਵੀ ਹੈ ਨੇ ਹੋਰ ਧਰਮਾਂ ਦੇ ਬੱਚੇ ਵੀ ਹੋਣਗੇ ਕੋਈ ਡਾਊਟ ਨਹੀਂ ਹੈਗਾ ਬਟ ਨਾਮ ਬਾਨੀ ਸਾਰੇ ਜਪਦੇ ਆ ਦਰਸ਼ਕਾਂ ਲਈ ਬੜੀ ਅੱਛੀ ਇਨਫੋਰਮੇਸ਼ਨ ਹੈ ਕਿ ਉਸ ਗੁਰੂ ਘਰ ਦੇ ਵਿੱਚ ਉਹਨਾਂ ਸਕੂਲਾਂ ਦੇ ਵਿੱਚ ਹਰ ਬੱਚੇ ਨੂੰ ਨਾਮ ਬਾਣੀ ਨਾਮ ਜਪਣਾ ਪੈਂਦਾ ਬਾਣੀ ਪੜ੍ਹਨੀ ਪੈਂਦੀ ਹੈ ਸੋ ਇਸ ਤੋਂ ਵੱਡੀ ਕੋਈ ਗੱਲ ਨਹੀਂ ਦਿਸ ਵਾਸ ਦਾ ਮੇਨ ਰੀਜ਼ਨ ਐਂਡ ਥਿਸ ਇਜ਼ ਦਾ ਮੇਨ ਰੀਜ਼ਨ ਕਿ ਅਸੀਂ ਬੜੂ ਸਾਹਿਬ ਨਾਲ ਜੁੜੇ ਹੋਏ ਆ ਇੱਕੋ ਕਿ ਉੱਥੇ ਬੱਚਿਆਂ ਦੀ ਸੰਭਾਲ ਹੁੰਦੀ ਹੈ ਤੇ ਦੂਜਾ ਜਿਸ ਤਰ੍ਹਾਂ ਪਿਛਲੇ ਮੁੱਦੇ 'ਚ ਜਾਂਚ ਚੁੱਕਿਆ ਕਿ ਕਿਦਾਂ ਅਫਗਾਨੀ ਬੱਚਿਆਂ ਦੀ ਸੰਭਾਲ ਕੀਤੀ ਸੋ ਅਜੋ ਮੁੱਦਾ ਨਹੀਂ ਹੈ ਸੋ ਬੜੂ ਸਾਹਿਬ ਦੇ ਵਿੱਚ ਤੇ ਸੋ ਲੇਕਿਨ ਉਹ ਜੋ ਬੱਚਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਅੱਜ ਜਿਸ ਤਰ੍ਹਾਂ ਕਿ ਸ਼ੈਂਟੀ ਦਾ ਬੜਾ ਜ਼ੋਰ ਹੈ ਉਹ ਲੋਕ ਜ਼ਬਰਦਸਤੀ ਧਰਮ ਪਰਿਵਰਤਨ ਕਰਾ ਰਹੇ ਨੇ ਤਾਂ ਇਹ ਜਿਹੜੀ ਸੰਸਥਾ ਹੈਗੀ ਆ ਅਗਰ ਸਾਡਾ तकरीबन 70000 ਬੱਚਾ ਜੁੜਿਆ ਹੋਇਆਗਾ ਜਸਪਾਲ ਜੀ ਦੱਸਣਗੇ ਅੰਦਾਜ਼ਨ तकरीबन ਜੋ ਮੇਰੇ ਖਿਆਲ ਨਾਲ ਅਗਰ 70000 ਬੱਚਾ ਜੁੜਿਆ ਆ ਤਾਂ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਅਗਰ ਉੱਥੇ ਉਹ ਬਾਣੀ ਪੜਾਈ ਜਾਂਦੀ ਹੈ ਵਾਹਿਗੁਰੂ ਦਾ ਨਾਮ ਉਚਾਰਿਆ ਜਾਂਦਾ ਹੈ ਤਾਂ ਉਹ ਬੱਚੇ ਜੁੜੇ ਹੋਏ ਨੇ ਉਹ ਕਿਤੇ ਆਪਣਾ ਧਰਮ ਤਬਦੀਲ ਨਹੀਂ ਕਰਨਗੇ ਸੋ ਦੈਟ ਇਜ਼ ਦਾ ਮੇਨ ਰੀਜ਼ਨ ਜਿਹੜਾ ਕਿ ਮੇਰਾ ਖਿਆਲ ਹੈ ਸਾਰੀ ਸੰਗਤਾਂ ਨੂੰ ਅਪਰੀਸ਼ੀਏਟ ਕਰਦੀਆਂ ਨੇ ਬੇਦੀ ਸਾਹਿਬ ਜਿਸ ਤਰ੍ਹਾਂ ਅਸੀਂ ਸੰਸਥਾ ਨੂੰ ਅਪਰੀਸ਼ੀਏਟ ਕਰਦੇ ਹਾਂ ਤੁਹਾਡੇ ਵਰਗੇ ਜੋ ਸਪੋਰਟਰਸ ਦੇ ਬੁਲਾ ਰਹੇ ਹਨ ਉਹਨਾਂ ਨੂੰ ਸੰਸਥਾ ਅਪਰੀਸ਼ੀਏਟ ਕਰਦੀ ਹੈ ਪੂਰੀ ਕਮਿਊਨਿਟੀ ਅਪਰੀਸ਼ੀਏਟ ਕਰਦੀ ਹੈ ਜਿਸ ਤਰ੍ਹਾਂ ਤੁਸੀਂ ਇੱਕ ਲੀਡਰ ਦੇ ਤੌਰ ਤੇ ਇਸ ਕੰਮ ਦੇ ਵਿੱਚ ਆਪ ਦਾ ਦਸਵੰਤ ਕੱਢ ਰਹੇ ਹੋ ਆਪ ਦੀ ਸਪੋਰਟ ਪਾ ਰਹੇ ਹੋ ਚਾਵਲਾ ਜੀ ਮੈਂ ਥੋੜਾ ਜਿਹਾ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਤੁਹਾਡਾ ਇੰਨਾ ਪੁਰਾਣਾ ਰਿਸ਼ਤਾ ਰਿਹਾ ਹੈ 1999 ਤੋਂ ਤੁਸੀਂ ਸੰਸਥਾ ਨਾਲ ਜੁੜੇ ਹੋਏ ਹੋ ਕਹੋ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਜੁੜੇ ਤੇ ਕੀ ਇਹ ਸਫ਼ਰ ਤੁਹਾਡੇ ਲਈ ਕਿਸ ਤਰ੍ਹਾਂ ਰਿਹਾ ਹੈ ਇਸ ਸੰਸਥਾ ਦੇ ਨਾਲ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਦੇ ਸਾਲਾਨ ਨੂੰ ਆਹ ভরੂਸਾ 1999 ਦੇ ਵਿੱਚ 1999 ਦੇ ਵਿੱਚ ਸ਼੍ਰੀ ਹਿਮਕੁੰਨ ਫਾਊਂਡੇਸ਼ਨ 10 ਸਾਲਾਂ ਨੰਬਰਾਂ ਦਾ ਸੀ ਸਰ ਉਸ ਵੇਲੇ ਬਾਬਾ ਜੀ ਐਂਡ ਇਸ ਗਰੁੱਪ बच्चे दस बच्चे नाल सन जिन्होंने कीर्तन करना और छोटे छोटे बच्चे राग पढ़ना और उन्होंने लगातार तीन दिन सॉरी सैवन डेज सत्तों दिन उन्होंने अमृत वेले उठ के सारे ना बच्चों ने नित्य टाइम पढ़िया hmm. नृत्य टाइम किया और उस संगत कम से कम दो सौ संगत सी अमृत वेले सवेरे छः बजे उठ के उ पहुँचना और उन्होंने उठे अमृत कीर्तन करना ना, ना नित नेम की बाणिया पढ़िया वह भी वाजे थे तो उन्हें रहन की जगह वे आए थे आई ओपन माई डॉस अपना घर किस तरह लगाओ पिया है अगर तुम बाबा जी ने दर्शित करोगे ना दर ओड़ जो एग्जिस्ट हूँ वेरी ਫਰੇ ਚੁਣੇ ਲੋਕ ਨਹੀਂ ਜਿਹੜੇ ਉਸ ਔਰ ਨੂੰ ਪਛਾਣ ਸਕਦੇ ਤੇ ਜਦ ਸਾਡੇ ਘਰ ਆਏ ਸੁਣ ਰਹਿਣ ਨੂੰ ਲੇਤੇ ਉਸ ਲਈ ਉਹਨਾਂ ਨੇ ਕਿਹਾ ਕਿ ਮੈਂ ਟੂ ਕੀ ਚਾਂਦ ਕਰ ਦੇ ਵਿੱਚ ਬਲਕਿ ਅੰਮ੍ਰਿਤ ਵੇਟ ਵਟ ਕੇ ਇੱਥੇ ਨਾਮ ਬਾਣੀ ਪਰੋਹ ਅੰਮ੍ਰਿਤ ਵੇਲੇ ਨਾਮ ਬਾਣੀ ਪਰੋਹ ਉਹਨਾਂ ਨੇ ਪੂਰੇ ਲਗਾਤਾਰ 10 ਦਿਨ ਕਰਦੇ ਵਿੱਚ ਉਹ ਔੜਾ ਲਿਆਂਦਾ ਮਾਹੌਲ ਲਿਆਂਦਾ ਕਿ ਆਈ ਕੈਨ ਨਾਟ ਫੋਰਗੇਟ ਹੈ ਇਹ ਜੋ ਲੱਗਦਾ ਸੀ ਕਿ ਤਨ ਗੁਰੂ ਨਾਨਕ ਮੇਰੇ ਘਰ ਆਇਆ ਵਾਈ ਗੁਰੂ ਵਾਈ ਤੇ ਮੈਂ मेरी जुड़ जुड़ जी जुड़ से उस जुड़ गई से बाबा जी का इतना नाल उन्होंने फिर स्कूल किया एक सौ उन्नती स्कूल करे उन्होंने हूँ काफ़ी होर गया एक सौ उन्नती तो भी ज्यादा है एक सौ चाली दिन उन्होंने बड़ा दिल से कि मैं उन्होंने जाके मिला और जितनी जदन भी आते सर दस्तघर आते सन तैरते सन गल करते सर जफी पा मिलते सौ ਲਗਾਉ ਦੀ ਗੱਲ ਕਰ ਰਹੇ ਹੋ ਤੁਸੀਂ ਅਬਾਊਟ ਸਕੂਲ এডੂਕੇਸ਼ਨ ਸਸਤਾ ਪੜਾਈ ਬੱਚਿਆਂ ਨੂੰ ਜੋ ਪੜਾਈ ਜਾ ਰਹੀ ਸੀ ਉੱਥੇ ਬੜੂ ਸਾਹਿਬ ਵਿਜ਼ਿਟ ਕੀਤਾ ਫਾਈਨਲੀ 2015 16 ਦੇ ਵਿੱਚ ਇਹ ਜੋ ਲੱਗਦਾ ਸੀ ਕਿ ਉਸ ਇਹ ਮਾਚ ਪਰਦੇਸ ਦੇ ਵਿੱਚ ਛੋਟੇ ਰਸਤੇ ਵਿੱਚ 4 ਘੰਟੇ ਲੱਗਦੇ ਨੇ ਚੰਡੀਗੜ੍ਹ ਤੋਂ ਜਾਣ ਦੇ ਵਾਸਤੇ ਇਹ ਲੱਗਦਾ ਕਿ ਮੈਂ ਸਵਰਗ ਤੇ ਪਹੁੰਚ ਗਿਆ ਸੋਤ And Swedda nazar ki the scenario, that it's a self-sufficient yeah. city, self-powered city. Apna kitchen, apna electricity, apna water, apna generators and apna solar. The whole thing was something different. International school We know kept hospital hospital had kids, bache paranwalas are. and they are over 5% under just under 5% in whole india which mm -hmm. in eradication level jdi mm hai -hmm. and i couldn't believe it because ke in padhanar waste te i interviewed some students ji us students vich bolde ne ke unhane da bolaya ke baaki de ghar fees ne 5 man 10 lakh bane itthe mai 1 lakh to aayi ha baaki mere aur kai bache free par padh rahe sange 700 ਬੱਚਾ ਲੋਕਲ ਉੱਥੇ ਰਫਰੀ ਪੜਦਾ ਰਿਹਾ ਸੀ which was amazing ਇਹ ਬਾਬਾ ਜੀ ਦਾ ਜੋ ਦਿਨ ਸ਼ੁਰੂ ਹੁੰਦਾ ਸੋ ਇਹ 3 ਵਜੇ ਤੋਂ ਲੈ ਕੇ ਅਮਟ ਵਲੇ ਦਾ ਔਰ ਬੱਚੇ ਜਿਹੜੇ ਉੱਠ ਕੇ ਨਾਲ ਪਰ ਆਪ ਹੁੰਦੇ ਨਾਲ ਜਪਦੇ ਨੇ ਉਹਨਾਂ ਦੀ ਵਨ ਮੋਰ ਟਾਈਮ ਹੀ ਵਾਸ ਨਵ ਮੈਡ ਇਟ ਹਾਂਜੀ ਸਿੰਗਲ ਐਂਡ trying to figgle very well knowledge par exam and it's amazing that he stood by his own bolde mai loki crore rupaye kamane ude ban gaye ne mai peek mangna reh gaya ਮੈਂ ਅੱਜ ਬੇਫਿਕਰ ਨਾ ਮੇਰੇ ਚੋਲੀ ਹੱਦੀ ਹੈ ਤੁਸੀਂ ਦੇਖੋ 90 ਤੋਂ ਵੱਧ ਉਹਨਾਂ ਦੀ ਹੁਣ ਉਮਰ ਹੋ ਗਈ 95 ইয়ার্স 97 ইয়ার্স ਦੀ ਉਮਰ ਹੈਗੀ ਐਂਡ ਹੀ ਸਟਿਲ ਇਨੀ ਮਿਹਨਤ ਕਰਦੇ ਪਏ ਉਹਨਾਂ ਨੂੰ ਇਹੀ ਆਸ ਹੈ ਕਿ ਜੋ 500 ਸਕੂਲ ਬਣਾਉਣ ਦਾ ਇੱਕ গোল ਅਸੀਂ ਸੈੱਟ ਕੀਤਾ ਉਹਨੂੰ ਕਿਸੇ ਨਾ ਕਿਸੇ ਹਾਲਾਤ ਦੇ ਵਿੱਚ ਪੂਰਾ ਕੀਤਾ ਜਾਏ ਐਂਡ ਇਸ ਹੀ গোল ਨੂੰ ਲੈ ਕੇ ਅੱਜ ਅਸੀਂ ਜੁੜੇ ਆ ਇਸ ਪ੍ਰੋਗਰਾਮ ਨੂੰ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਬਿਕੋਜ਼ ਕੋਈ ਵੀ ਵੱਡਾ ਆ ਕਾਰਜ ਖਾਸ ਕਰਕੇ ਜਿੱਥੇ ਸਿੱਖੀ ਦੀ ਗੱਲ ਆਂਦੀ ਹੈ ਪੰਜਾਬ ਨੂੰ ਪੜ੍ਹਾਉਣ ਦੀ ਗੱਲ ਆਂਦੀ ਹੈ ਓਵਰਨਾਈਟ ਨਹੀਂ ਹੁੰਦਾ ਨਾ ਛੋਟੇ ਲੈਵਲ ਤੇ ਹੋ ਸਕਦਾ ਹੈ ਨਾ ਉਹ ਕੋਈ ਇਕੱਲਾ ਕਰ ਸਕਦਾ ਪੂਰੀ ਕਮਿਊਨਿਟੀ ਦੀ ਸਪੋਰਟ ਦੇ ਨਾਲ ਹੀ ਇਹੋ ਜੇ ਕੰਮ ਹੁੰਦੇ ਕਜ਼ ਇਹ ਸਾਡਾ ਸਾਰਿਆਂ ਦਾ ਸਾਂਝਾ ਕੌਜ਼ ਹੈ ਇਸ ਕੌਜ਼ ਦੇ ਬਾਰੇ ਗੱਲ ਕਰ ਰਹੇ ਆ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਜੋ ਗੋਲ ਸੈੱਟ ਕੀਤਾ ਹੈ ਪੰਜਾਬ ਦੇ ਵਿੱਚ 5 500 ਸਕੂਲਾਂ ਦਾ ਗੋਲ ਉਹਦੀ ਗੱਲ ਕਰ ਰਹੇ ਆ ਕਿ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਇਨਵੋਲਵ ਹੋ ਸਕਦੇ ਹੋ ਸਾਡੇ ਨਾਲ ਹੋਰ ਵੀ ਇੱਥੇ ਵਕ ਵਕ ਗੈਸਟ ਤੇ ਪੈਨਲਿਸਟ ਜੁੜੇ ਹਨ ਉਹਨਾਂ ਦੇ ਨਾਲ ਵੀ ਤੁਹਾਡੀ ਗੱਲ ਕਰਾਂਦੇ ਆ ਬੇਦੀ ਮੈਂਸ਼ਨ ਤੋਂ ਤੁਹਾਡੇ ਨਾਲ ਇਹ ਸਪੈਸ਼ਲ ਪ੍ਰੋਗਰਾਮ ਪੇਸ਼ ਕਰ ਰਹੇ ਆ ਕਿਤੇ ਨਾ ਜਾਓ ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰ ਨੂੰ ਸਵਾਗਤ ਕਰਦੇ ਆਂ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪਹੁੰਚਿਆ ਬੇਦੀ ਮੈਂਸ਼ਨ ਵਿਖੇ ਲੌਂਗ ਆਇਲੈਂਡ ਨਿਊਯਾਰਕ ਦੇ ਵਿੱਚ ਇਹ ਸਪੈਸ਼ਲ ਲੋਕੇਸ਼ਨ ਤੋਂ ਤੁਹਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰ ਰਹੇ ਆਂ ਲੇਕਿਨ ਜੋ ਇਹ ਮੁੱਦਾ ਅਸੀਂ ਡਿਸਕਸ ਕਰ ਰਹੇ ਆਂ ਇਹ ਸਾਡਾ ਸਭ ਤੋਂ ਅਹਿਮ ਮੁੱਦਾ ਹੈਗਾ ਪੰਜਾਬ ਦਾ ਮੁੱਦਾ ਪੰਜਾਬ ਦੀ ਅਗਲੀ ਪੀੜੀ ਦਾ ਮੁੱਦਾ ਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਹੈਲਪ ਕਰ ਸਕਦੇ ਆਂ ਜਿਨ੍ਹਾਂ ਦਾ ਕੁਈ ਹੈਲਪ ਨਹੀਂ ਕਰਦਾ ਜੋ ਗਰੀਬ ਬੱਚੇ ਪਿੰਡਾਂ ਦੇ ਵਿੱਚ ਜੋ ਸਾਡੀ ਸਿੱਖੀ ਨੂੰ ਸ਼ਾਇਦ ਅੱਗੇ ਲੈ ਕੇ ਜਾ ਸਕਦੇ ਐ ਲੇਕਿਨ ਉਹਨਾਂ ਨੂੰ ਕੋਈ ਸਹਾਰਾ ਨਹੀਂ ਮਿਲਦਾ ਉਹਨਾਂ ਨੂੰ ਕਿਸ ਤਰ੍ਹਾਂ ਸੰਸਥਾ ਬੜੂ ਸਾਹਿਬ ਕਲਗੀਦਰ ٹرسٹ ਸਪੋਰਟ ਕਰ ਰਹੀ ਐ ਆਪਦੇ ਪੈਰਾਂ ਤੇ ਬਲਬੂਤਿਆਂ ਤੇ ਖੜੇ ਹੋਣ ਦੀ ਉਹਨਾਂ ਨੂੰ ਸ਼ਕਤੀ ਦੇ ਰਹੀ ਹੈ এডੂਕੇਸ਼ਨ ਦੇ ਰਹੀ ਹੈ ਇਹਦੀ ਗੱਲ ਕਰ ਰਹੇ ਆ ਸਾਡੇ ਨਾਲ ਇੱਥੇ ਇੱਕ ਬਹੁਤ ਹੀ ਮੈਂ ਕਵਾਂਗੀ ਵਧੀਆ ਲਾਈਵ ਆਡੀਅנס ਵੀ ਜੁੜੀ ਹੋਈ ਹੈ ਸੰਗਤਾਂ ਇੱਥੇ ਹਮ ਹੁਮਾ ਕੇ ਪਹੁੰਚੇ ਆ ਟਾਈਮ ਕੱਢ ਕੇ ਇਸ ਬਹੁਤ ਹੀ ਵੱਡੇ ਕਾਰਜ ਉੱਤੇ ਡਿਸਕਸ਼ਨ ਕਰਨ ਲਈ ਤੇ ਸਪੋਰਟ ਕਰਨ ਲਈ ਪਹੁੰਚੇ ਹਨ ਤੇ ਆਫਕੋਰਸ ਸਾਡਾ ਪੈਨਲ ਇੱਕ ਵਾਰੀ ਫੇਰ ਸਾਨੂੰ ਜੁਆਇਨ ਕਰੇ ਸਭ ਤੋਂ ਪਹਿਲੇ ਤਾਂ ਪਰਮਜੀਤ ਸਿੰਘ ਬੇਦੀ ਜੀ ਤੁਹਾਨੂੰ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਇਸ ਤਰ੍ਹਾਂ ਆਰਗੇਨਾਈਜ਼ ਕੀਤਾ ਤੁਸੀਂ ਅ ਯੂਅਰ ਵੰਡਰਫੁਲ ਸਨ ਸਤਵੀਰ 베ਦੀ ਅ ਐਂਡ ਆਫਕੋਰਸ ਜੋ ਬੜੂ ਸਾਡੀ ਟੀਮ ਇੱਥੇ ਨਿਊਯਾਰਕ ਵਿੱਚ ਪਹੁੰਚੀ ਹੈ ਤੁਹਾਨੂੰ ਸਾਰਿਆਂ ਨੂੰ ਫਿਰ ਸਵਾਗਤ ਰਵੀਦੀਪ ਕੌਰ ਮੁਕਤਾ ਜੀ ਜਸਪਾਲ ਸਿੰਘ ਜੀ ਅ ਸਭ ਤੋਂ ਪਹਿਲੇ ਜਸਪਾਲ ਜੀ ਮੈਂ ਤੋੜਨਾ ਸ਼ੁਰੂ ਕਰਨਾ ਚਾਹਾਂਗੀ ਬਿਕਾਜ਼ ਪਾਵੇਂ ਤੁਹਾਨੂੰ ਨਿਊਯਾਰਕ ਆਏ ਕੁਝ ਦਿਨ ਹੋਇਆ ਹੁਣ ਤੁਹਾਡਾ ਬਹੁਤ ਲੰਬਾ ਟ੍ਰਿਪ ਹੈਗਾ ਨਿਊਯਾਰਕ ਟੈਕਸਸ ਕੈਲੀਫੋਰਨੀਆ ਨਿਊ ਜਰਸੀ ਵਕ ਵਕ ਥਾਂਵਾਂ ਤੇ ਤੁਸੀਂ ਜਾ ਰਹੇ ਹੋ ਅ ਬਟ ਨਿਊਯਾਰਕ ਦੀ ਸੰਗਠਾ ਨੇ ਇਹ ਜੋ ਸਾਡਾ ਅੱਜ ਦੀ ਡੇਟ ਦੇ ਵਿੱਚ ਗੋਲ ਹੈ ਕਲਾਸਰੂਮਸ ਦਾ ਜੋ ਇਹ ਮੈਂ ਕਵਾਂਗੀ ਉਪਰਾਲਾ ਯੂਐਸਏ ਦੀ ਸੰਗਠਾ ਨੂੰ ਦਿੱਤਾ ਗਿਆ ਹੈ ਕਿ ਅਸੀਂ ਕਲਾਸਰੂਮਸ ਬਣਾਣੇ ਜਿਹਦੇ ਵਿੱਚ ਨਾ ਕਿ ਸਿਰਫ ਇੱਕ ਬੱਚੇ ਦੀ ਜ਼ਿੰਦਗੀ ਅਸੀਂ ਸਵਾਰੀਏ ਬਟ ਕਿੰਨੇ ਬੱਚਿਆਂ ਦੀ ਜ਼ਿੰਦਗੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਬਣੂਗੀ ਉਨ ਕਲਾਸਰੂਮਸ ਦੀ ਸੇਵਾ ਦੇ ਵਿੱਚ ਕਿੰਨ ਕਿੰਨ ਲੋਕਾਂ ਨੇ ਅਜੇ ਤੱਕ ਸਪੋਰਟ ਆਪਣੀ ਅਨਾਉਂਸ ਕੀਤੀ ਮੈਂ ਚਾਹਾਂਗੀ ਇੱਕ ਵਾਰੀ ਫਿਰ ਉਹਨਾਂ ਨੂੰ ਰੈਕਗਨਾਈਜ਼ ਅਸੀਂ ਕਰੀਏ ਜਸਪਾਲ ਸਿੰਘ ਜੀ ਥੈਂਕ ਯੂ ਅਸ਼ਮਿਤਾ ਜੀ ਔਰ ਜੋ ਜਸਪਿੰਨੀ ਪੰਜਾਬੀ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਮਿਤਾ ਜੀ ਬੜੂ ਸਾਹਿਬ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਅਸੀਂ ਤਕਰੀਬਨ ਹਰੇਕ ਵੀਕਐਂਡ ਹੀ ਜਾਂਦੇ ਆ ਗੁਰੂ ਘਰਾਂ ਦੇ ਵਿੱਚ ਔਰ ਹੁਣ ਖਾਸ ਕਰਕੇ ਜੋ ਹੁਣ ਇਅਰ ਐਂਡ ਹੈਗਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਅਸੀਂ ਹੋਰ ਵੀ ਜ਼ਿਆਦਾ ਟਾਈਮ ਇਹਦੇ ਵਿੱਚ ਡਿਵੋਟ ਕਰ ਰਹੇ ਆ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਜਾ ਕੇ ਤੇ ਸਾਨੂੰ ਜਿੱਥੇ ਵੀ ਜਾਂਦੇ ਆ ਬਹੁਤ ਹੀ ਵਧੀਆ ਹੰਗਾਰਾ ਮਿਲਦਾ ਨਿਊਯਾਰਕ ਦੀ ਸੰਗਤ ਨੇ ਬਹੁਤ ਹੀ ਸਾਨੂੰ ਨਿੱਘਾ ਪਿਆਰ ਦਿੱਤਾ ਅਸੀਂ ਪਿਛਲੇ 3-4 ਦਿਨਾਂ ਤੋਂ ਮੁਕਤਾ ਭੈਣ ਜੀ ਤੋਂ 4-5 ਦਿਨ ਤੋਂ ਇੱਥੇ ਆਏ ਹੋਏ ਨੇ ਤੇ ਮੈਂ ਸੰਡੇ ਤੋਂ ਇੱਥੇ ਆਇਆ ਹੋਇਆ ਸੈਚਰਡੇ ਨਾਈਟ ਪਹੁੰਚਿਆ ਸੀਗਾ ਸੋ ਜੋ ਮਤਲਬ ਕਿ ਸੰਗਤਾਂ ਨੇ ਸਾਨੂੰ ਕੱਲ ਵੀ ਸੈਮੀਨਾਰ ਹੋਇਆ ਸੀ ਅੱਜ ਵੀ ਆਪਾਂ ਸਾਰੇ ਜਣੇ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਸੋ ਮੇਰੇ ਕੋਲ ਲਿਸਟ ਜੋ ਹੈ ਮੈਂ ਉਹਨਾਂ ਸੰਗਤਾਂ ਦਾ ਜ਼ਰੂਰ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਨੇ ਸਾਨੂੰ ਇੱਕ ਕਮਰੇ ਦੀ ਜਿਹੜੀ ਹੈਗੀ ਡੋਨੇਸ਼ਨ ਉਹ 10000 ਡਾਲਰ ਹੈ ਜੀ ਹਾਂਜੀ ਤੇ ਜੇ ਕਿਸੇ ਨੇ ਇੱਕ ਬੱਚਾ ਸਪான்ਸਰ ਕਰਨਾ ਹੈ ਤਾਂ ਉਹ ਜਾਂ 500 ਡਾਲਰ ਪਰ ਪਰ ਮੰਥਲੀ ਕਰਕੇ ਬੱਚਾ ਸਪான்ਸਰ ਕਰ ਸਕਦਾ ਹੈ ਸੌਰੀ 500 ਇਅਰ ਪਰ ਪਰ ਇਅਰ ਇੱਕ ਕਰਕੇ ਬੱਚਾ ਸਪான்ਸਰ ਕਰ ਸਕਦਾ ਤੇ ਜਾਂ 4000 ਡਾਲਰ ਲਾਈਫਟਾਈਮ ਹੈ ਹਾਂਜੀ ਸੋ ਸਾਡੇ ਕੋਲੇ ਕੁਝ ਬੱਚਿਆਂ ਦੀਆਂ ਸਪான்ਸਰਸ਼ਿਪ ਵੀ ਆਈਆਂ ਨੇ ਕੁਝ ਕਮਰਿਆਂ ਦੀਆਂ ਵੀ ਸਾਡੇ ਕੋਲ ਡੋਨੇਸ਼ਨਸ ਆਈਆਂ ਨੇ ਸਾਡੇ ਸੰਗਤ ਦੇ ਵਿੱਚ ਬੈਠੇ ਹੋਏ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਤੇ ਮस्तान ਸਿੰਘ ਜੀ ਉਹਨਾਂ ਨੇ ਇੱਕ ਕਮਰੇ ਦੀ ਸੇਵਾ ਕੀਤੀ ਹੈ ਮੋਹਿਰ ਜੀ ਕਾ ਖਾਨ ਸਾਹਿਬ ਵੈਕੁਰ ਜੀ ਨੇ ਸਾਡੇ ਕੋਲੇ ਓਕਲੈਂਡ ਦੀ ਜਿਹੜੀ ਸੰਗਤ ਹੈਗੀ ਸੀ ਉਹਨਾਂ ਨੇ ਸਾਨੂੰ ਇੱਕ ਕਮਰੇ ਦੀ ਸੇਵਾ ਕੀਤੀ ਹੈ ਜੀ ਉਹਨਾਂ ਨੇ ਆਪਣਾ ਨਾਮ ਉਥੋਂ ਗੁਪਤ ਰੱਖਿਆ ਉਹਨਾਂ ਨੇ ਕਿਹਾ ਗੁਰਦੁਆਰਾ ਸਾਹਿਬ ਵੱਲੋਂ ਅਨਾਉਂਸ ਕਰ ਦਿਓ ਹਾਂਜੀ ਰਾਮ ਰਿਸ਼ਪਾਲ ਸਿੰਘ ਜੀ ਜਿਹਕੇ ਮਾਇਆ ਇੰਸ਼ੋਰੈਂਸ ਕਰਕੇ ਉਹਨਾਂ ਦਾ ਬਿਜ਼ਨਸ ਹੈਗਾ ਉਹਨਾਂ ਨੇ ਸਾਨੂੰ ਦੋ ਕਮਰਿਆਂ ਦੀ ਸੇਵਾ ਦਿੱਤੀ ਹੈ ਜੀ ਦਰਸ਼ਨ ਸਿੰਘ ਜੀ ਲੌਂਗ ਆਇਲੈਂਡ ਤੋਂ ਜੀ ਉਹਨਾਂ ਨੇ ਸਾਨੂੰ ਇੱਕ ਕਮਰੇ ਦੀ ਸੇਵਾ ਦਿੱਤੀ ਹੈ ਜੀ ਗੁਰਚਰਨ ਸਿੰਘ ਜੀ ਬੜਿੰਗ ਸਾਹਿਬ ਇੱਥੇ ਸੰਗਤ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੇ ਵੀ ਸਾਨੂੰ ਇੱਕ ਕਮਰੇ ਦੀ ਸੇਵਾ ਦਿੱਤੀ ਜੀ ਸਾਬਲਦੇਵ ਸਿੰਘ ਜੀ ਜਿਹੜੇ ਕਿ ਪ੍ਰਧਾਨ ਨੇ ਮੱਖਣਸ਼ਾਲਵਾਣਾ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਸਾਨੂੰ ਕਮਰੇ ਦੀ ਉਹਨਾਂ ਨੇ ਕਹਿ ਬਈ ਅਸੀਂ ਦੋ ਕਮਰਿਆਂ ਦੀ ਸੇਵਾ ਕਰਾਂਗੇ ਹਾਂਜੀ ਤੇ ਰਗਵੀਰ ਸਿੰਘ ਜੀ ਸੁਬਾਨਪੁਰੀ ਜਿਹੜੇ ਕਿ ਸਾਮਕਾ ਪ੍ਰਧਾਨ ਨੇ ਹਾਂਜੀ ਉਹਨਾਂ ਨੇ ਵੀ ਸਾਨੂੰ ਕੱਲ ਕਮਿਟਮੈਂਟ ਹੋਈ ਉਹਨਾਂ ਦੀ ਕਿ ਅਸੀਂ ਕਮਰਿਆਂ ਦੀ ਸੇਵਾ ਇਕੱਠੇ ਕਰ ਰਹੇ ਨੇ ਹੋ ਸਕਦਾ 2 ਜਾਂ 3 ਜਾਂ 5 ਵੈਗਰੂ ਜਾਣਦਾ ਕਿੰਨੀ ਸੇਵਾ ਉਹਨਾਂ ਤੋਂ ਲੈਣੀ ਹੈ ਹਾਂਜੀ ਸੇ ਇੱਕ ਗੁਪਤ ਸੇਵਾ ਸਾਡੇ ਕੋਲ ਲਾਈਫਟਾਈਮ ਸਪਾਂਸਰਸ਼ਿਪ ਆਈ ਹੈ ਜੀ ਬੱਚੇ ਦੀ ਉਹਨਾਂ ਨੇ ਕਿਹਾ ਸਾਡਾ ਨਾਮ ਗੁਪਤ ਰੱਖਣਾ ਜੀ ਇੱਕ ਸਾਡੇ ਕੋਲੇ ਹੋਰ ਸੇਵਾ ਹੈ ਅ ਅਮਰਤ ਅਮਰਤ ਡੀ ਸਿੰਘ ਐਂਡ ਮਨਜੀਤ ਕੌਰ ਜੀ ਉਹਨਾਂ ਨੇ ਲਾਈਫਟਾਈਮ ਵਾਸਤੇ ਇੱਕ ਬੱਚੇ ਨੂੰ ਸਪਾਂਸਰ ਕੀਤਾ ਜੀ ਇਹ ਇੰਨੇ ਸਾਡੇ ਕੋਲੇ ਸੇਵਾ ਜਿਹੜੀ ਹੈਗੀ ਆ ਇਹ ਆ ਚੁੱਕੀ ਆ ਹਜੇ ਹੋਰ ਵੀ ਮਤਲਬ ਕਿ ਸੰਗਤਾਂ ਸਾਨੂੰ ਪਤਾ ਵੀ ਇਹ ਬਹੁਤ ਵੱਡਾ ਕਾਜ ਹੈ ਬਹੁਤ ਜਿਹਨੂੰ ਵੱਡਾ ਉਪਰਾਲਾ ਹੈਗਾ ਸੋ ਉਹਦੇ ਵਿੱਚ ਮਤਲਬ ਕਿ ਸੰਗਤਾਂ ਜਿੰਨਾ ਹੀ ਵੱਧ ਤੋਂ ਵੱਧ ਯੋਗਦਾਨ ਪਾਉਣ ਜੀ ਉਹ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਜੀ ਮੁਕਤਾ ਜੀ ਆਫਕੋਰਸ ਯੂ نو ਜਦੋਂ ਅਸੀਂ ਇੱਥੇ ਬੈਠ ਕੇ ਗੱਲ ਕਰਦੇ ਆ ਕਿ ਤੁਸੀਂ ਇੱਕ ਬੱਚੇ ਨੂੰ ਲਾਈਫਟਾਈਮ ਸਪான்ਸਰ ਕਰ ਲਓ ਆਮ ਸਾਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਉਹ ਚੀਜ਼ ਕੀ ਮਾਇਨੇ ਰੱਖਦੀ ਹੈ ਕਿਸੇ ਇੱਕ ਬੱਚੇ ਦੀ ਤੁਸੀਂ ਪੂਰੀ ਜ਼ਿੰਦਗੀ ਉਹਨਾਂ ਨੂੰ ਪੜ੍ਹਾਈ ਲਿਖਾਈ ਦਾ ਇੱਕ ਦੇਣ ਦੇ ਰਹੇ ਹੋ ਇੱਕ ਬlesing ਦੇ ਰਹੇ ਹੋ ਰਾਈਟ ਆਮ ਯਾ ਇੱਕ ਕਲਾਸਰੂਮ ਦੀ ਜਦੋਂ ਤੁਸੀਂ ਸਪான்ਸਰਸ਼ਿਪ ਕਰਦੇ ਹੋ ਕੀ ਮਾਇਨੇ ਉਹ ਰੱਖਦਾ ਹੈ ਇਸ ਪੂਰੇ ਪ੍ਰੋਜੈਕਟ ਦੇ ਵਿੱਚ ਪੰਜਾਬ ਨੂੰ ਸਵਾਰਨ ਦੇ ਮਿਸ਼ਨ ਦੇ ਵਿੱਚ ਰਾਈਟ ਇਸ ਵੱਡੇ ਜੋ ਮੈਂ ਕਵਾਂਗੀ ਇੱਥੇ ਆਪਣਾ ਮਿਸ਼ਨ ਚੱਲ ਰਿਹਾ ਹੈ ਉਹਦੇ ਬਾਰੇ ਥੋੜੀ ਜੀ ਤੁਸੀਂ ਗੱਲ ਕਰੋ ਬਿਕੋਜ਼ ਸਾਡੇ ਨਾਲ ਸੰਗਤਾਂ ਜੁੜੀਆਂ ਹੋਈਆਂ ਸ਼ਾਇਦ ਉਹਨਾਂ ਨੂੰ ਬਰੀਕੀ ਦੇ ਵਿੱਚ ਨਾ ਪਤਾ ਹੋਵੇ ਅਸੀਂ ਕਿਉਂ ਇੱਥੇ ਪਹੁੰਚੇ ਆ ਤੇ ਕਿਉਂ ਇੰਨੀ ਲੋੜ ਹੈ ਇੱਕ ਇੱਕ ਇਨਸਾਨ ਦੀ ਸਪੋਰਟ ਦੀ ਐਕਚੁਅਲੀ ਪਹਿਲੇ ਤੇ ਮੈਂ ਅਸ਼ਮਿਤਾ ਜੀ ਪੂਰੀ ਲੌਂਗ ਆਰਲੈਂਡ ਦੀ ਸੰਗਤਾਂ ਦਾ ਬਹੁਤ-ਬਹੁਤ ਥੈਂਕ ਯੂ ਕਰਦੀ ਆ ਸਪੈਸ਼ਲੀ ਸਭ ਤੋਂ ਪਹਿਲੇ ਆਪਣਾ ਸੁਨਦਰ ਸਿੰਘ ਚਾਵਲਾ ਜੀ ਦਾ ਸਿੱਕਾ ਵੀਰ ਜੀ ਦਾ ਉਦੇ ਨਾਲ ਦੇ ਨਾਲ ਆਪਣਾ ਇੱਥੇ ਸਹਾਸਰਾ ਫੈਮਿਲੀ ਹੈਗੇ ਨੇ ਹੋਰ ਜਿੰਨੀਆਂ ਵੀ ਸੰਗਤਾ ਜਿਵੇਂ ਹਰਪ੍ਰਜਨ ਵੀਰ ਜੀ ਆਏ ਹੋਏ ਨੇ ਮस्तान ਵੀਰ ਜੀ ਆਏ ਹੋਏ ਨੇ ਸੋ ਹੁਣ ਡਾਕਟਰ ਸਾਹਿਬ ਜਿਵੇਂ ਆਪ ਆਏ ਨੇ ਸੋ ਉਹ ਕਹਿੰਦੇ ਕਿ ਸਾਡੇ ਕੌਮ ਦੇ ਹੀਰੇ ਇੱਥੇ ਨਹੀਂ ਸੇਵਾ ਕਰਦੇ ਪਏ ਨੇ ਸੋ ਸਾਰੇ ਅਸੀਂ ਲਾਈਕ ਇੱਥੇ ਬੈਠੇ ਹੋયા ਸੋ ਐਨੇ ਸੁੱਖਾਂ ਦੇ ਵਿੱਚ ਬੈਠੇ ਹੋયા ਹਾਂ ਬਟ ਅਸੀਂ ਇਸ ਤੇ ਮਸ਼ਮਿਤਾ ਜੀ ਸਿਰਫ ਗੱਲ ਜਿਹੜੀ ਹੈ ਉਹਦੀ ਨਹੀਂ ਹੋ ਰਹੀ ਕਿ ਆ ਬੱਚਿਆਂ ਦੀ ਇੱਥੇ ਕੌਮ ਦੀ ਗੱਲ ਹੋ ਰਹੀ ਹੈ ਜਿਵੇਂ ਹੁਣ ਬੇਦੀ ਸਾਹਿਬ ਦੀ ਸੇਵਾ ਸੀ ਕਿ ਅਫਗਾਨਿਸਤਾਨ ਤੋਂ ਉੱਥੋਂ ਪੂਰੇ ਦੇ ਪੂਰੇ 100 ਪਰਿਵਾਰ ਮੈਂ ਸੁਣ ਕੇ ਹੈਰਾਨ ਕੀ ਉਹਨਾਂ ਦੀ ਜ਼ਿੰਦਗੀਆਂ ਬਦਲਤੀਆਂ ਉੱਥੋਂ ਨਰਕ ਵਿੱਚੋਂ ਕੱਢ ਕੇ ਲਿਆਏ ਰਾਈਟ ਸੋ ਇਹੋ ਜਿਹੀਆਂ ਸੇਵਾਵਾਂ ਬੜੇ ਜਿਗਰੇ ਰੱਖ ਕੇ ਅੱਗੇ ਵੱਧ ਕੇ ਲੀਡਰਸ਼ਿਪ ਲੈ ਕੇ ਤੇ ਤੇ ਕੌਮ ਦੀ ਜਦੋਂ ਗੱਲ ਆ ਜਾਂਦੀ ਹੈ ਕਿ ਜਿਵੇਂ ਆਪਾਂ ਕਹਿੰਦੇ ਆ ਸਤਿਗੁਰੂ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਕੌਮ ਸਾਡੀ ਖੜੀ ਤੇ ਇਸ ਤਰ੍ਹਾਂ ਨਹੀਂ ਹੋਈ ਰਾਈਟ ਅਸੀਂ ਆਂਦੇ ਵੀ ਆ ਮਿਨੋਰਿਟੀ ਕੈਨ ਨਾਟ ਸਰਵਾਈਵ ਵਿਦਆਊਟ ਕੁਆਲਿਟੀ ਆਪਾਂ ਮਿਨੋਰਿਟੀ ਵਿੱਚ ਆਂਦੇ ਆ ਜਿੰਨੀ ਕੁ ਵੀ ਸਾਡੀ ਪੋਪੂਲੇਸ਼ਨ ਹੈਗੀ ਏ ਉਹ ਬਹੁਤ ਔਖੀ ਤੇ ਆ ਜਿਵੇਂ ਕਿ ਸ਼ਹੀਦੀ ਦਿਹਾੜੇ ਵੀ ਆਪਣੇ ਚੱਲ ਰਹੇ ਰਾਈਟ ਉਹਦੇ ਵਿੱਚ ਆਪਾਂ ਕਹਿੰਦੇ ਆ ਕਿ ਰੋਜ਼ ਅਰਦਾਸ ਕਰਦੇ ਆ ਬੰਦ ਬੰਦ ਕਟਾਏ ਖੋਪੜੇ ਲੋਹਾਏ ਚ ਰਖੜੀਆਂ ਤੇ ਚੜੇ ਟੁਕੜੇ ਟੁਕੜੇ ਖਰਾਬ ਬੱਚਿਆਂ ਨੂੰ ਝੋਲੀਆਂ ਵਿੱਚ ਪਵਾਇਆ ਆਪਾਂ ਅਰਦਾਸ ਰੋਚ ਕਰ ਦਿੰਨੇ ਆ ਬਟ ਵੈਨ ਵੀ ਫੀਲ ਕਿ ਉਸ ਟਾਈਮ ਦੇ ਉੱਤੇ ਖੋਪੜੇ ਲੋਹਾਈ ਭਾਈ ਤਾਰੂ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਾਏ ਟੁਕੜੇ ਟੁਕੜੇ ਖਰਾਬ ਬੱਚਿਆਂ ਨੂੰ ਝੋਲੀਆਂ ਵਿੱਚ ਪਵਾਇਆ ਰਾਈਟ ਉਹ ਮਾਵਾਂ ਦੇ ਗਲਿਆਂ ਵਿੱਚ ਫਿਰ ਉਹ ਟੁਕੜਿਆਂ ਦੇ ਹਾਰ ਵੀ ਪਾਏ ਗਏ ਹਨਾ ਤੇ ਸੋ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਆਪਾਂ ਬਲੂ ਸਟਾਰ ਯਾਦ ਕਰ ਲਈਏ ਆਪਾਂ 84 ਯਾਦ ਕਰ ਲਈਏ ਆਪਾਂ ਅੱਜ ਜਿਵੇਂ ਫਾਰਮਰਸ ਦਾ ਅੰਦੋਲਨ ਹੋਇਆ ਅਗਰ ਅਸੀਂ ਅਗਰ ਇਹ ਸਾਡਾ ਹੱਕ ਚ ਨਾ ਜਾਂਦਾ ਫਿਰ ਪਤਾ ਨਹੀਂ ਹਲੇ ਕੀ ਹੋਣਾ ਸੀ ਰਾਈਟ ਸੋ ਗੁਰੂ ਸਾਹਿਬ ਦੇ ਟਾਈਮ ਤੋਂ ਇੰਨਾ ਸਟਰਗਲ ਕਰਕੇ ਅੱਲਾ ਯਾਰ ਖਾਨ ਯੋਗੀ ਨੇ ਕਿਹਾ ਕਿ ਹਿੰਦੁਸਤਾਨ ਮੇ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਹਿੰਦੁਸਤਾਨ ਮੇ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਜਹਾਂ ਬੇਟੇ ਕਟਾਏ ਬਾਪ ਨੇ ਖੁਦਾ ਕੇ ਲਈ ਹਨਾ ਤੇ ਆਪਾਂ ਹਲੇ ਤੇ ਇਹ ਬੰਦ ਬੰਦ ਕਟਾਏ ਖੋਪੜੇ ਲੋਹਾਏ ਚਰਖੜੀਆਂ ਤੇ ਚੜੇ ਹਨਾ ਔਰ ਅੱਪਾ ਜਦੋਂ ਗੁਰੂ ਸੈਫ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇ ਪਿਤਾ ਵਾਰਤਾ ਪੁੱਤਰ ਵਾਰਤੇ ਮਹਿਲ ਛੱਡਤੇ ਬਸ ਇਤਿਹਾਸ ਦੇਖੀਏ ਤਾਂ ਕਾਫੀ ਪੇਨਫੁੱਲ ਹੈ ਹਨਾ ਉਸ ਤੋਂ ਬਾਅਦ ਜਾ ਕੇ ਖਾਲਸਾ ਪੰਥ ਦੀ ਸਹਾਜਨਾ ਹੋਈ ਰਾਈਟ ਕਹਿੰਦੇ ਨਾ ਕਿ ਐਦੀਆਂ ਜੜਾਂ ਜਿਹੜੀਆਂ ਲਾਈਕ ਬਹੁਤ ਡੂੰਘੀਆਂ ਨੇ ਲਾਸ਼ਾਂ ਵਿੱਚ ਨੇ ਇੰਨਾ ਜੜਾਂ ਦੇ ਸਾਡੇ ਗੁਰੂ ਸਾਹਿਬ ਦੇ ਲਾਲਾਂ ਦੀਆਂ ਤੇ ਇਹਨੂੰ ਸਿੰਚਿਆ ਉਸ ਟਾਈਮ ਜਿਹੜੀਆਂ ਸਾਡੀਆਂ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਖੂਨਾਂ ਦੇ ਨਾਲ ਇਹ ਸਿੰਚਿਆ ਗਿਆ ਰਾਈਟ ਤੇ ਬਟ ਬੜਾ ਅਫਸੋਸ ਹੁੰਦਾ ਹੈ ਕਿ ਅ ਅੱਜ ਹਿੰਦੁਸਤਾਨ ਦਾ ਅਸਤਿਤਵ ਸਾਡੇ ਗੁਰੂ ਸਾਹਿਬਾਨ ਦੀ ਕੁਰਬਾਨੀਆਂ ਸਦਕਾ ਹੈ ਬਟ ਅੱਜ ਵੀ ਸਾਡੀ ਰਿਸਪੈਕਟ ਨਹੀਂ ਹੈ ਜਸਪਾਲ ਵੀਰ ਜੀ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਵਿੱਚ ਕੱਲ ਦੱਸ ਰਹੇ ਸੀ ਕਿ ਜਿਵੇਂ ਡੀਏਵੀ ਸਕੂਲ ਚਾੜਾ ਨੂੰ ਪੜਨ ਦਾ ਮੌਕਾ ਮਿਲਿਆ ਉਹ ਹਿੰਦੂਆਂ ਦਾ ਸਕੂਲ ਸੀ ਉਹਦੇ ਵਿੱਚ ਜਿਵੇਂ ਇੰਨਾ ਜ਼ਿਆਦਾ ਰਿਸਿਸਮ ਹੁੰਦਾ ਸੀ ਉੱਥੇ ਸਿੱਖਾਂ ਦਾ ਅੱਜ ਵੀ ਹੁੰਦਾ ਹੈ ਕਿ ਜੋਕ ਬੰਨਾ ਕਿ ਹਾਂ ਕبھی ਕੋਈ ਹੋਤਾ ਥਾ ਉਹਦੀ ਜਗ੍ਹਾ ਤੇ ਹਾਂ ਇੱਕ ਸਿੱਖ ਹੁੰਦਾ ਸੀ ਰਾਈਟ ਸੋ ਮਜ਼ਾਕ ਬਨਾਇਆ ਹੋਇਆ ਸਾਡਾ ਤੇ ਉਹਦਾ ਕਾਰਨ ਕੀ ਹੈ ਕਿ ਸਾਡੀ ਪਛਾਣ ਨਹੀਂ ਬਣ ਪਾਈ ਹਨਾ ਸੋ ਗੁਰੂ ਸਾਹਿਬ ਨੇ ਤੇ ਬਣਾਈ ਬਟ ਅਸੀਂ ਉਹਨੂੰ ਮੇਨਟੇਨ ਨਹੀਂ ਕੀਤਾ ਅਸੀਂ 1970 ਵਿੱਚ ਸਾਡਾ ਪੰਜਾਬ ਫਿਰ ਵੀ ਪ੍ਰੋਸਪਰ ਸੀ ਰਾਈਟ ਬਟ ਕਰਦੇ 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 ਨਸ਼ਿਆਂ ਦੇ ਵਿੱਚ ਸਾਡਾ ਪੰਜਾਬ ਕਿੰਨਾ ਜ਼ਿਆਦਾ ਰੁੜਿਆ ਕਿੱਥੇ ਇਸ ਕੌਮ ਨੇ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਜਨਮ ਦਿੱਤਾ ਹਰੀ ਸਿੰਘ ਨਲਵੇ ਵਰਗਿਆਂ ਨੂੰ ਜਨਮ ਦਿੱਤਾ ਵਾਪਾ ਬੰਦਾ ਸਿੰਘ ਬਹਾਦਰ ਅੰਨੇ ਸ਼ੂਰ ਵੀਰ ਸੀ ਜਿਨ੍ਹਾਂ ਨੇ ਸਰਹੰਦਾ ਦੀ ਇਟ ਨਾਲ ਇੱਟ ਖੜਕਾਤੀ ਤੇ ਅੱਜ ਸਾਡੇ ਪੰਜਾਬ ਦੇ ਸਿੱਖ ਬੱਚੇ ਬੱਚੀਆਂ ਨਸ਼ੇ ਕਰਕੇ ਵੀਕ ਹੋ ਰਹੇ ਨੇ ਲਾਈਕ ਖੁਸ ਖੁਦਕੁਸ਼ੀਆਂ ਹੋ ਰਹੀਆਂ ਕਮਜ਼ੋਰ ਸਿੱਖ ਬਣ ਕੇ ਰਹਿ ਗਿਆ ਰਾਈਟ ਔਰ ਅਸੀਂ ਕਿਹਦੇ ਫਸ ਕੇ ਰਹਿ ਗਏ ਆਈ ਮਾਈਮੀ ਹਨਾ ਸੋ ਸਾਡੀ ਕੌਮ ਇੰਨਾ ਵੱਡਾ ਜਜ਼ਬਾ ਰੱਖਦੀ ਏ ਸਾਡਾ ਸਿਰਫ ਇੱਕੋ ਮਿਸ਼ਨ ਨੇ ਬਾਬਾ ਕਬਾਲ ਸਿੰਘ ਜੀ ਦਾ ਕਿ ਹਰ ਸਿੱਖ ਘਰ ਦਾ ਬੱਚਾ ਜਿਸ ਬੱਚੇ ਦੇ ਅੰਦਰ ਖੂਨ ਗੁਰਸਿੱਖ ਵੀਰ ਦਾ ਵੇ ਤੇ ਉਹਨੇ ਸਿੱਖਣੀ ਮਾਂ ਦਾ ਦੁੱਧ ਪੀਤਾ ਉਹ ਬੱਚਾ ਐਜੂਕੇਸ਼ਨ ਤੋਂ ਬਿਨਾ ਨਹੀਂ ਹੋਣਾ ਚਾਹੀਦਾ 노 ਮੈਟਰ ਵਟ ਉਹ ਗਰੀਬ ਏ 노 ਮੈਟਰ ਵਟ ਉਹ ਅਮੀਰ ਏ ਹੱਕ ਹਰ ਬੱਚੇ ਦੀ ਜਿਹੜਾ ਐਜੂਕੇਸ਼ਨ ਹਰ ਬੱਚੇ ਦਾ ਹੱਕ ਏ ਜੀ ਵਈ ਉਹਦੀ ਕਹਿੰਦੇ ਸੀ ਬੱਚਾ ਪੈਦਾ ਕਰਨਾ ਕੌਮ ਦਾ ਫਰਜ਼ ਹੈ ਜੀ ਬਟ ਬੱਚੇ ਨੂੰ ਪੜਾਣਾ ਨਹੀਂ ਬੱਚਾ ਪੈਦਾ ਕਰਨਾ ਮਾਪੇ ਉਹਦਾ ਫਰਜ਼ ਹੈ ਤੇ ਬੱਚੇ ਨੂੰ ਪੜਾਣਾ ਕੌਮ ਦੀ ਜ਼ਿੰਮੇਵਾਰੀ ਹੈ ਜੀ ਬਿਲਕੁਲ ਹਨਾ ਜ਼ਿੰਮੇਵਾਰੀ ਹੈ ਸੋ ਜਦੋਂ ਪੰਜਾਬ ਦੇ ਇੰਨੇ ਮਾੜੇ ਹਾਲਾਤ ਹੋ ਗਏ ਤੇ ਬਾਬਾ ਜੀ ਦੇ ਕੋਲ ਪਿੰਡਾਂ ਤੋਂ ਲਾਈਕ ਵੈਨਾ ਦੀਆਂ ਵੈਨਾ ਭੜ ਕੇ ਆਈਆਂ ਬਾਬਾ ਜੀ ਸਾਡੇ ਬੱਚੇ ਬਚਾ ਲਓ ਸਾਡੀ ਸਿੱਖੀ ਬਚਾ ਲਓ ਅਸੀਂ ਤੇ ਨਸ਼ਿਆਂ 'ਚ ਰੁੜ ਚੱਲੇ ਸਾਡੇ ਹੁਣ ਬੱਚੇ ਨਸ਼ਿਆਂ 'ਚ ਪੈ ਗਏ ਸਾਡੇ ਬੱਚੇ ਬਚਾ ਲਓ ਉਸ ਟਾਈਮ ਹਲੇ ਸਾਡੀ 21 ਅਕਾਲ ਅਕੈਡਮੀ ਸੀਗੀਆਂ ਤੇ ਬਾਬਾ ਜੀ ਥੱਕ ਗਏ ਸੀ ਕਿਉਂਕਿ ਮਾਇਆ ਇਕੱਠੀ ਕਰਨੀ ਉਹਦੋਂ ਵੀ ਅਮਰੀਕਾ ਵਿੱਚ ਆਂਦੇ ਸੀ ਹਨਾ ਤੇ ਆ ਥੋੜੇ ਥੋੜੇ ਪੈਸੇ ਸਾਰੀ ਸੰਗਤਾ ਦਿੰਦੀਆਂ ਸੀ ਜਾ ਕੇ ਬਾਬਾ ਜੀ ਦਾ ਬੈਂਕ ਤੇ ਸੀਗਾ ਨਹੀਂ ਆਏ ਵੇ ਹੁੰਦਾ ਰਾਈਟ ਤੇ ਸੰਗਤਾ ਦੀ ਝੋਲੀਆਂ ਸੰਗਤਾ ਦੇ ਘਰਾਂ ਦੇ ਬੈਂਕਾਂ ਵਿੱਚੋਂ ਹੀ ਜਾ ਜਾ ਕੇ ਉੱਥੇ ਸਕੂਲ ਬਣੇ ਤੇ ਬਾਬਾ ਜੀ ਕਹਿੰਦੇ ਕਿ ਜਦੋਂ ਉਹ ਪੂਰੀ ਵੈਨ ਭਰ ਕੇ ਆਈ ਨਾ ਬਜ਼ੁਰਗਾਂ ਦੀ ਤੇ ਬਾਬਾ ਜੀ ਕਹਿੰਦੇ ਕਿ ਮਨ ਨੂੰ ਹੋਇਆ ਕਿ ਇਹ ਕਹਿੰਦੇ ਮੇਰੀ ਸਿੱਖੀ ਬਚਾਲਾ ਤੇ ਬੁੜਿਆ ਤੂੰ ਕਹਿੰਦਾ ਮੈਂ ਥੱਕ ਗਿਆ ਤੇ ਮੈਂ ਹੁਣ ਬਿਸਤਰੇ ਤੇ ਆਰਾਮ ਕਰਨਾ ਕਹਿੰਦੇ ਮੇਰੇ ਅੰਦਰ ਠੋਕਰ ਵੱਜੀ ਕਿ ਭਾਈ ਤਾਰੂ ਸਿੰਘ ਜੀ ਤੇ ਤਲੀ ਤੇ ਖੋਪੜੇ ਰੋਹਾ ਕੇ ਆਪਣੀ ਸਿੱਖੀ ਵਾਰਗੇ ਤੇ ਤੂੰ ਕਹਿੰਦਾ ਮੈਂ ਥੱਕ ਗਿਆ ਕਿ ਮਾਇਆ ਇਕੱਠੀ ਕਰਨੀ ਬਹੁਤ ਔਖੀ ਹੈ ਔਖੀ ਵੀ ਹੈ ਸਭ ਤੋਂ ਬਾਬਾ ਜੀ ਕਹਿੰਦੇ ਮਾਇਆ ਦਿੰਦੇ ਨੇ ਮਾਇਆ ਜਿਹੜੇ ਉਹ ਮਤਲਬ ਬਹੁਤ ਵੱਡੀ ਗੱਲ ਹੈ ਮਾਇਆ ਤਿਆਗਣੀ ਬਹੁਤ ਔਖੀ ਹੈ ਜਿਹੜੇ ਮਾਇਆ ਦਿੰਦੇ ਨੇ ਮਤਲਬ ਡਿਟੈਚ ਕਰਕੇ ਆਪਣੇ ਤੋਂ ਮਾਇਆ ਦੇਣੀ ਇਹ ਬੜੀ ਵੱਡੀ ਦੀ ਕੁਰਬਾਨੀ ਹੈ ਡਿਟੈਚ ਹੋ ਰਿਆਂ ਆਪਾਂ ਰਾਈਟ ਮਾਇਆ ਤੋਂ ਹਨਾ ਅਦੋਂ ਬਾਬਾ ਜੀ ਦੇ ਕਹਿੰਦੇ ਮੈਨੂੰ ਇਹੋ ਜਿਹਾ ਜੋਸ਼ ਆਇਆ ਅਦੋਂ ਬਾਬਾ ਜੀ ਲਾਈਕ 80 ਸਾਲ ਦੇ ਸੀ ਕਹਿੰਦੇ ਮੈਂ 50 ਸਾਲ ਦਾ ਜਵਾਨ ਹੋ ਗਿਆ ਕਹਿੰਦੇ ਮੈਂ ਕਿਹਾ ਤੁਸੀਂ ਜ਼ਮੀਨਾਂ ਦੇਵੋ ਤੇ ਅਸੀਂ ਜਾ ਜਾ ਕੇ ਘਰਾਂ ਦੇ ਵਿੱਚ ਬਾਟਾ ਚੱਕ ਜਾ ਜਾ ਕੇ ਮਾਇਆ ਇਕੱਠੀ ਕਰਾਂਗੇ ਤੇ ਆਪਾਂ ਸਕੂਲ ਬਣਾਵਾਂਗੇ ਹਨਾ ਹੁਣ ਡਰਗ ਦੇ ਨਾਲ ਸਕੂਲ ਦਾ ਕੀ ਰਿਲੇਸ਼ਨ ਨੇ ਕਿ ਜਿਹੜੇ ਹੁਣ ਰਗਾਂ ਚ ਪੈ ਗਏ ਉਹਨਾਂ ਵਾਸਤੇ ਡਿਕ ਅਡਿਕਸ਼ਨ ਸੈਂਟਰ ਖੋਲਦੇ ਆ ਬਟ ਜੜ ਤੋਂ ਹੀ ਅਸੀਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਲੈ ਕੇ ਜਾਈਏ ਬਾਹਰ ਸ਼ੁਰੂ ਹੀ ਨਾ ਹੋਏ ਉਹ ਸ਼ੁਰੂ ਹੀ ਨਾ ਹੋਏ ਹਨਾ ਤੇ ਉਸ ਟਾਈਮ ਦੇ ਉੱਤੇ ਫਿਰ ਬਾਬਾ ਜੀ ਹਰ ਸਾਲ ਅਮਰੀਕਾ ਕੈਨੇਡਾ ਇੱਥੇ ਉਹਨੇ ਮੈਨੂੰ ਪਤਾ ਚੱਲਿਆ ਸਿੱਕਾ ਵੀਰ ਜੀ ਦੀ ਵਾਈਫ ਕੋਲੋਂ ਕਿ ਬਾਬਾ ਜੀ ਯੂਕੇ ਜਾਂਦੇ ਸੀ ਤੇ ਉਹਨਾਂ ਦੇ ਘਰ ਜਾਂਦੇ ਸੀ ਤੇ ਉਹਨਾਂ ਦੀ ਵਾਈਫ ਦੱਸਦੇ ਪਈ ਸੀ ਇੰਨੀ ਪਿਆਰਵਲੀਆਂ ਗੱਲਾਂ ਕਿ ਵੀਰਜੀਵਰੀ ਜਾ ਜਾ ਕੇ ਉੱਥੇ ਬੜੀ ਡੋਨੇਸ਼ਨ ਇਕੱਠੀ ਕਰਦੇ ਸੀ ਯੂਕੇ ਸੋ ਬੜੀ ਖੁਸ਼ੀ ਹੋਈ ਕਿ ਆਦਾ ਮੈਂ ਸਿੱਕਾ ਵੀਰਜੀ ਦਾ ਪੁਰਾਣਾ ਕਨੈਕਸ਼ਨ ਹੈ ਵਾਪਾ ਜੀ ਦੇ ਨਾਲ ਜਿਹੜਾ ਸਾਨੂੰ ਨਹੀਂ ਪਤਾ ਸੀ ਰਾਈਟ ਸੋ ਕੀ ਨਾਮੇ ਇਸ ਤਰ੍ਹਾਂ ਜਾ ਜਾ ਕੇ ਮਾਇਆ ਇਕੱਠੀ ਕਰ ਕਰਕੇ ਬਾਬਾ ਜੀ ਦਾ ਇੱਕ ਇੱਕ ਸਾ ਤੇ ਮੈਂ ਕਹਿੰਨੀ ਆ ਸੰਗਤਾਂ ਦਾ ਇੱਕ ਇੱਕ ਜਿਹੜਾ ਹੈ ਕਿ ਪੈਣੀ ਆਨੀ ਦਵਾਨਾ ਤੇ ਇੱਕ ਇੱਕ ਬੜੂ ਸਾਹਿਬ ਦੀ ਇਟ ਅਕਾਲ ਅਕੈਡਮੀ ਦੀ ਇੱਕ ਇੱਕ ਇਟ ਉਹਨਾਂ ਸਕੂਲਾਂ ਦੇ ਵਿੱਚ ਜਿਹੜਾ ਹੈ ਕਿ 70000 ਬੱਚਿਆਂ ਦੀ ਜ਼ਿੰਦਗੀਆਂ ਬਣ ਰਹੀਆਂ ਨੇ ਬੱਚੇ ਨਾਮ ਬਣੀ ਜਾਪ ਰਹੇ ਨੇ ਬੱਚੇ CBSE ਬੋਰਡ ਦੀ ਇੰਗਲਿਸ਼ ਮੀਡੀਅਮ ਐਜੂਕੇਸ਼ਨ ਲੈ ਰਹੇ ਨੇ ਤੇ ਉੱਥੋਂ ਐਨੇ ਐਨੇ ਬੱਚੇ ਜਿਹੜੇ ਬਣ ਕੇ ਟਾਪਰ ਨਿਕਲ ਰਹੇ ਫਿਰ ਨਾਲ ਦੇ ਨਾਲ ਯੂਨੀਵਰਸਿਟੀਆਂ ਬਣ ਰਹੀਆਂ ਬਨੀਆਂ ਨੇ ਸੋ ਬਾਬਾ ਜੀ ਨੂੰ ਹੈਗਾ ਕਿ ਜਿਵੇਂ ਸਾਊਥ ਇੰਡੀਆ ਦੇ ਵਿੱਚ ਨੰਬਰ 1 ਐਜੂਕੇਸ਼ਨ ਦੇ ਵਿੱਚ ਹੈਗਾ ਸਾਡਾ ਪੰਜਾਬ ਖਤਮ ਕਰਨ ਦੇ ਚੱਕਰ ਦੇ ਵਿੱਚ ਐਜੂਕੇਸ਼ਨ ਸਿਸਟਮ ਐਨਾ ਗੰਦਾ ਕਰਤਾ ਪੰਜਾਬ ਦਾ ਖਤਮ ਕਰਤਾ ਤੇ ਬਾਬਾ ਜੀ ਨੇ ਉਹ ਜੋ এডੂਕੇਸ਼ਨਸ ਕੰਮ ਖਤਮ ਕਰਨੀ ਉਹਦਾ এডੂਕੇਸ਼ਨ ਸਿਸਟਮ ਖਤਮ ਕਰਨਾ ਉਹਨਾਂ ਦਾ ਇਤਿਹਾਸ ਤੁਸੀਂ ਮਿਟਾ ਦਿਓ ਜਾਂ ਉਹਨਾਂ ਨੂੰ ਉੱਤੋਂ ਦੂਰ ਕਰ ਲਓ ਇਹੀ ਇਸ ਵੇਲੇ ਹੋ ਰਿਹਾ ਹੈ ਬਾਬਾ ਜੀ ਨੇ ਉਹ এডੂਕੇਸ਼ਨ ਸਿਸਟਮ ਨੂੰ ਬੂਸਟ ਕੀਤਾ ਜੀ ਸਕੂਲ ਖੋਲੇ ਨੇ ਟਾਪ ਦੀ এডੂਕੇਸ਼ਨ ਦਿੱਤੀ ਹੈ ਬੱਚੇ ਪਿੰਡਾਂ ਦੇ ਵਿੱਚ ਬੱਚੇ 95 5, 99% ਮਾਰਕਸ ਸੀਬੀਐਸਸੀ ਆਈਐਸ ਆਫੀਸਰਸ ਬਣ ਰਹੇ ਨੇ ਹਨਾ ਐਸਟਰੋਨੋਮੀ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਬੱਚੇ ਆ ਰਹੇ ਨਾਸਾ ਦੇ ਵਿੱਚ ਬੱਚੇ ਆ ਰਹੇ ਮਾਈਕਰੋਸਾਫਟ ਦੇ ਬੱਚੇ ਆ ਰਹੇ ਸੋ ਬਾਬਾ ਜੀ ਕਹਿੰਦੇ ਕੌਮ ਬਚਨੀ ਤਾਂਵੇਂ ਜੇ ਦੁਨੀਆ ਦੀਆਂ ਟੌਪ ਟੌਪ ਪੋਜੀਸ਼ਨ ਸਾਡੇ ਬੱਚੇ ਲੈ ਗਏ ਨਾ ਬਿਲਕੁਲ ਤੇ ਸਾਡੇ ਸਿੱਖ ਬੱਚਿਆਂ ਦੇ ਚਿਹਰੇ ਨਜ਼ਰ ਆਏ ਜੀ ਉਹਨਾਂ ਦਾ ਹੁਕਮ ਫਿਰ ਚੱਲੇਗਾ ਹੁਕਮ ਚੱਲਣ ਗਿਆ ਤੇ ਹਕੂਮਤਾਂ ਚੱਲਣਗੀਆਂ ਬਿਲਕੁਲ ਹਕੂਮਤਾਂ ਚੱਲਣਗੀਆਂ ਤੇ ਉਸ ਸਮੇਂ ਆਪੇ ਹੀ ਆ ਜਾਏਗਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਮੁਕਤਾ ਜੀ ਤੁਸੀਂ ਇਸ ਇਸ ਗੱਲ ਨੂੰ ਇੱਥੇ ਛੇੜਿਆ ਮੈਂ ਕਹਾਂਗੀ ਜੋ ਸਾਡੇ ਨਾਲ ਆਡੀਅנס ਬੈਠੀ ਹੈ ਇਸ ਆਡੀਅנס ਨੂੰ ਖਾਸ ਇਸ ਜੀ ਦੀ ਅਹਿਮੀਅਤ ਪਤਾ ਹੈ ਕਿ ਅਗਰ ਤੁਹਾਡੀ ਆਪ ਦੀ ਰੈਪਰੈਜੈਂਟੇਸ਼ਨ ਨਾ ਹੋਏ ਟੇਬਲ ਤੇ ਤੁਸੀਂ ਕਦੀ ਵੀ ਕੌਮ ਦੇ ਹੱਕ ਦੀ ਗੱਲ ਨਹੀਂ ਰੱਖ ਸਕਦੇ ਕੋਈ ਸਾਡੀ ਅਗਵਾਈ ਨਹੀਂ ਕਰੂਗਾ ਸਾਨੂੰ ਆਪਣੇ ਆਪ ਅਗਵਾਈ ਕਰਨੀ ਪਵੇ ਪਾਵਰ ਚਾਹੀਦੀ ਹੈ ਮੈਂ ਇਸ ਆਡੀਅנס ਦੇ ਨਾਲ ਥੋੜੀ ਜਿਹੀ ਇਸ ਵਾਰੇ ਗੱਲ ਕਰਨਾ ਚਾਹੁੰਦੀ ਆ ਕਿ ਕਿਸ ਤਰ੍ਹਾਂ ਇਸ ਕੌਸ ਦੇ ਵਿੱਚ ਉਹ ਵੀ ਸਪੋਰਟ ਕਰ ਰਹੇ ਕਿੰਨੀ ਵੱਡੀ ਗੱਲ ਅੱਜ ਅਸੀਂ ਕਰ ਰਹੇ ਹਾਂ ਕਿ ਕੌਮ ਦੀ ਰਖਵਾਲੀ ਨਾ ਕਿ ਸਿਰਫ ਇੱਥੇ ਦੇ ਸਿਸਟਮ ਦੇ ਵਿੱਚ ਅਮਰੀਕਾ ਦੇ ਵਿੱਚ ਅਸੀਂ ਲੌਂਗ ਆਇਲੈਂਡ ਵਿੱਚ ਬੈਠੇ ਹਾਂ ਜਿਸ ਦੇ ਵਿੱਚ ਸਭ ਤੋਂ ਅਮੀਰ ਲੋਕੀ ਵਸਦੇ ਆ ਸਭ ਤੋਂ ਸਭ ਤੋਂ ਮੇਰੇ ਇੱਥੇ ਵਸਦੇ ਐ ਬਟ ਇੱਥੇ ਜੋ ਸਾਡੇ ਨਾਲ ਅੱਜ ਪਹੁੰਚੇ ਉਹ ਦਿਲੋਂ ਵੀ ਅਮੀਰ ਆ ਉਹਨਾਂ ਦੇ ਨਾਲ ਗੱਲ ਕਰਦੇ ਆ ਕੌਮ ਦੀ ਰਖਵਾਲੀ ਦੀ ਗੱਲ ਹੋ ਰਹੀ ਏ ਤੁਸੀਂ ਕਿਥੇ ਨਾ ਜਾਓ ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਇੱਕ ਵਾਰ ਫਿਰ ਸਵਾਗਤ ਕਰਦੇ ਆ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਸਿੱਖ ਕੌਮ ਨੇ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੀ ਮੰਨਣਾ ਮਾਰੇ ਕਿੰਨੀ ਤਰੱਕੀਆਂ ਕੀਤੀਆਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਇਹ ਐਵੀਡੈਂਸ ਦਿਸਦਾ ਹੈ ਪਾਵੇਂ ਉਹ ਬਿਜ਼ਨਸ ਦੇ ਵਿੱਚ ਹੋਏ ਲੋ ਡਿਗਰੀ ਹੋਏ ਰੀਅਲ ਏਸਟੇਟ profession ਹੋਏ ਡਾਕਟਰਸ ਹੋਣ ਇੱਕ ਇੱਕ ਫੀਲਡ ਦੇ ਵਿੱਚ ਤਰੱਕੀਆਂ ਕੀਤੀਆਂ ਬਟ ਦਰਦ ਹੁੰਦਾ ਹੈ ਸੁਣ ਕੇ ਕਿ ਪੰਜਾਬ ਦੇ ਵਿੱਚ ਇਹੋ ਜੀ ਤਰੱਕੀ ਨਹੀਂ ਸਾਡੀ ਕੌਮ ਨੂੰ ਮਿਲੀ ਜੋ ਸਾਡੀ ਆਪਣੀ ਜ਼ਮੀਨ ਹੈਗੀ ਸਾਡੀ ਗੁਰੂਆਂ ਦੀ ਧਰਤੀ ਉੱਥੇ ਇਹ ਤਰੱਕੀ ਸਾਨੂੰ ਨਹੀਂ ਮਿਲੀ ਬਟ ਇੱਥੇ ਅਸੀਂ 네ਗੇਟਿਵ ਨਹੀਂ ਜਾਂ ਡਾਊਨ ਹੀ ਫੀਲ ਸਾਨੂੰ ਕਰਨ ਦੀ ਲੋੜ ਬਿਕਾਜ਼ ਜੋਤ ਰੱਖੀਆਂ ਸਾਡੀ ਕੌਮ ਨੇ ਬਾਹਰਲੇ ਮੁਲਕਾਂ ਦੇ ਵਿੱਚ ਕੀਤੀਆਂ ਉਹਦੇ ਕਰਕੇ ਅੱਜ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਜਦੋਂ ਕੌਮ ਦੀ ਰਖਵਾਲੀ ਦੀ ਗੱਲ ਆਉਂਦੀ ਹੈ ਜਿਸ ਤਰ੍ਹਾਂ ਮੁਕਤਾ ਜੀ ਕਹਿ ਰਹੇ ਹੈ ਇਹ ਇਤਿਹਾਸਿਕ ਕੰਮ ਜੋ ਹੋ ਰਿਹਾ ਹੈ ਜਦੋਂ ਕੌਮ ਦੀ ਰਖਵਾਲੀ ਦੀ ਗੱਲ ਆਉਂਦੀ ਹੈ ਸਰਦਾਰ ਅਵਤਾਰ ਸਿੰਘ ਟਿੰਨਾ ਜੀ ਜੋ ਕਿ ਇੱਥੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਡਾਕਟਰ ਟਿੰਨਾ ਤੁਹਾਨੂੰ ਸਾਰੇ ਜਾਣਦੇ ਆ ਡਾਕਟਰ ਸਾਹਿਬ ਤੁਸੀਂ ਕਿੰਨੇ ਪੁਰਾਣੇ ਤੋਂ ਇਸ ਫੀਲਡ ਦੇ ਵਿੱਚ ਲੱਗੇ ਹੋਏ ਹੋ ਲੇਕਿਨ ਮੋਸਟ ਇੰਪੋਰਟੈਂਟਲੀ ਕੋਈ ਵੀ ਕਾਰਜ ਜਦੋਂ ਕਮਿਊਨਿਟੀ ਨੂੰ ਲੈ ਕੇ ਅੱਗੇ ਆਉਂਦਾ ਭਾਵੇਂ ਉਹ ਸਾਡੀ ਬੱਚਿਆਂ ਨੂੰ ਪੋਲਿਟੀਕਲ ਸਿਸਟਮ ਦੇ ਵਿੱਚ ਇਨਵੋਲਵ ਕਰਨ ਦੀ ਗੱਲ ਹੋਵੇ ਭਾਵੇਂ ਉਹ ਵਿਸਾਖੀ 5K ਹੋਵੇ ਭਾਵੇਂ ਉਹ ਕਿਸੇ ਵੀ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਸਪੋਰਟ ਕਰ ਕੱਲ ਗੱਲ ਕਰਨ ਦੀ ਹੋਵੇ ਤੁਸੀਂ ਹਮੇਸ਼ਾ ਅੱਗੇ ਖੜ ਕੇ ਸਪੋਰਟ ਕਰਦੇ ਸਭ ਤੋਂ ਪਹਿਲਾਂ ਟਿੰਨਾ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਅੱਜ ਅਸੀਂ ਇਸ ਸੰਸਾ ਦੀ ਗੱਲ ਕਰਾਂ ਇਸ ਕੰਮ ਦੀ ਗੱਲ ਕਰਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇੱਕ ਛੋਟੀ ਜੀ ਘਟਨਾ ਮੈਂ 5 ਮਿੰਟ ਚ ਪੂਰੀ ਕਰਾਂਗਾ ਸਾਨੂੰ ਆਪਣੇ ਬੱਚਿਆਂ ਨੂੰ ਜਿਹੜੀ ਸਿੱਖਿਆ ਆਪਾਂ ਦੇਣੀ ਚਾਹੁੰਦੇ ਆਪਾਂ ਪੂਰੀ ਨਹੀਂ ਦੇ ਸਕਦੇ ਮੈਂ ਮੈਨੂੰ ਕੋਈ 15 ਸਾਲ ਪਹਿਲਾਂ ਇੰਡੀਆ ਜਾਂ ਪੰਜਾਬ ਜਾਣ ਦਾ ਮੌਕਾ ਮਿਲਿਆ ਉਹ ਬੱਚੇ ਪਰਦੇਸ ਦੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿੱਚ ਉੱਥੇ ਉੱਥੇ ਉਹਨਾਂ ਨੇ ਵਿਸਾਖੀ ਦਾ ਇੱਕ ਅਸਰ ਲਿਖਣਾ ਸੀ ਉਹਨਾਂ ਨੂੰ ਸਕੂਲ ਵਿੱਚ ਇਹ ਪੜਾਇਆ ਜਾਂਦਾ ਸੀ ਕਿ ਵਿਸਾਖੀ ਇੱਕ ਮੌਸਮੀ ਤਿਉਹਾਰ ਹੈ ਮੈਂ ਆਪਣੇ ਬੱਚਿਆਂ ਨੂੰ ਪੁੱਛਿਆ ਮੈਂ ਕਿਹਾ ਵਿਸਾਖੀ ਤੁਸੀਂ ਕਿਦਾਂ ਸੋਚਦੇ ਹੋ ਕਹਿੰਦੇ ਵਿਸਾਖੀ ਤਾਂ ਖਾਲਸਾ ਦੇ ਜਨਮ ਦਿਨ ਦਾ ਤਿਉਹਾਰ ਹੈ ਜੀ ਤੇ ਮੈਂ ਕਹਿੰਦਾ ਤੁਹਾਡੇ ਸਕੂਲ ਚ ਇਹ ਕੋਈ ਨਹੀਂ ਦੱਸਿਆ ਜਾਂਦਾ ਕਹਿੰਦੇ ਜੀ ਬਿਲਕੁਲ ਨਹੀਂ ਸਾਨੂੰ ਤਾਂ ਇਹ ਪੜਾਇਆ ਜਾਂਦਾ ਕਿ ਮੌਸਮੀ ਤਿਉਹਾਰ ਹੈ ਉਹਦਾ ਕਾਰਨ ਇਹ ਹੀ ਹੈ ਕਿ ਕਿਉਂਕਿ ਅਸੀਂ ਜੋ ਉਥੇ ਸਿਸਟਮ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਸਾਨੂੰ ਸਾਡੇ ਬੱਚਿਆਂ ਨੇ ਜੋ ਐਜੂਕੇਸ਼ਨ ਅਸੀਂ ਦੇਣਾ ਚਾਹੁੰਦੇ ਆ ਉਹ ਨਹੀਂ ਦਿੱਤੀ ਜਾਂਦੀ ਤੇ ਇਸ ਕਰਕੇ ਅਸੀਂ ਆਪਣੇ ਸਿੱਖੀ ਤੋਂ ਥੋੜਾ ਜਿਹਾ ਦੂਰ ਵੀ ਹੁੰਦੇ ਜਾ ਰਹੇ ਆ ਵੈਸੇ ਐਸੇ ਗੁਰੂ ਦੀ ਬਹੁਤ ਕਿਰਪਾ ਐਸੀ ਗੱਲ ਨਹੀਂ ਹੈ ਕਿ ਬਹੁਤ ਅੱਛੇ ਅੱਛੇ ਲੋਕੀ ਉਥੇ ਆਗੇ ਨੇ ਪਰ ਜੋ ਅਸੀਂ ਪੂਰਾ ਕਰਨਾ ਚਾਹੁੰਦੇ ਆ ਜੋ ਹੁਣ ਜਿੱਦਾਂ ਮੈਂ ਕਿਹਾ ਕਿ ਬੱਚਿਆਂ ਨੂੰ ਇਹ ਬਜਾਏ ਇਹ ਦੱਸਣ ਦੇ ਕਿ ਵਿਸਾਖੀ ਕਣਕਾਂ ਪੱਕਣ ਦਾ ਤਿਆਰ ਹੈ ਮੌਸਮੀ ਤਿਆਰ ਹੈ ਤੇ ਉਹਨੂੰ ਐਸੇ ਖਾਸਾ ਦੇ ਉਸ ਬਾਰੇ ਕਿਉਂ ਨਹੀਂ ਦੱਸਦੇ ਸੋ ਹੁਣ ਬੜੂ ਸਾਧ ਬੜੇ ਅਪਕ ਚ ਗੱਲ ਚੱਲ ਰਹੀ ਸੀ ਕਿ ਜੋ ਅਸੀਂ ਚਾਹੁੰਦੇ ਆ ਇਹ ਉਹੀ ਦੇ ਰਹੇ ਨੇ ਸੋ ਮੈਂ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਜੋ ਮੈਂ ਚਾਹੁੰਦਾ ਸੀਗਾ ਅੱਜ ਤੋਂ 15 ਸਾਲ ਮੇਰੇ ਦਿਲ 'ਚ ਸੀਗਾ ਕਿ ਬੱਚਾਂ ਨੂੰ ਪੂਰੀ ਅੱਛੀ ਸਿੱਖਿਆ ਦਿੱਤੀ ਜਾਵੇ ਸੋ ਦੇਰਾਂ ਨੇ ਤੇ ਮੈਂ ਇਹਨਾਂ ਦੇ ਬੜਾ ਸ਼ੁਕਰਗੁਜ਼ਾਰ ਹਾਂ ਥੈਂਕ ਯੂ so much ਡਾਕਟਰ ਅਵਤਾਰ ਸਿੰਘ ਟਿਨਾ ਜੀ ਡਾਕਟਰ ਸਾਹਿਬ ਮੈਂ ਤੁਹਾਨੂੰ ਜਨਦੇ ਨੇ ਇਹੀ ਕਹਿਣਾ ਚਾਹਾਂਗੀ ਅਗਰ ਤੁਸੀਂ ਪ੍ਰੋਗਰਾਮ 'ਚ ਨਹੀਂ ਸੁਣਿਆ ਜੋ ਇਸ ਵੇਲੇ ਗੋਲ ਹੈਗਾ ਸੰਸਥਾ ਦਾ ਕਿ 250 ਸਕੂਲ ਬਣਾਏ ਜਾਣ ਉਹਦੇ ਨਾਲ ਸਾਡਾ ਆਪਣਾ ਸਟੈਂਡਰਡ ਹੋਏਗਾ ਸਾਡਾ ਆਪਣਾ ਬੋਰਡ ਹੋਏਗਾ ਜਿਹਦੇ ਨਾਲ ਸਾਡਾ ਆਪਣਾ ਸਿਲੇਬਸ ਅਸੀਂ ਬਣਾ ਸਕਦੇ ਆ ਉਹਦੇ ਨਾਲ ਕੋਈ ਸਾਨੂੰ ਨਹੀਂ ਦੱਸੇਗਾ ਸਾਡੇ ਤਿਉਹਾਰ ਸਾਡੇ ਦਿਹਾੜੇ ਕਾਦੇ ਲਈ ਕਾਦੇ ਲਈ ਨਹੀਂ ਹੈ ਇਹ ਸੰਸਦ ਦਾ ਕੰਮ ਇਸ ਵੇਲੇ ਹੋ ਰਿਹਾ ਸਤਨਾਮ ਸਿੰਘ ਪਰਹਾਰ ਜੀ ਜਿਸ ਤਰ੍ਹਾਂ ਡਾਕਟਰ ਸਾਹਿਬ ਦੀ ਅਸੀਂ ਗੱਲ ਕਰ ਰਹੇ ਸੀ ਤੁਸੀਂ ਵੀ ਜਦੋਂ ਕਮਿਊਨਿਟੀ ਦੀ ਪੋਲਿਟੀਕਲ ਇਨਵੋਲਵਮੈਂਟ ਦੀ ਗੱਲਾਂ ਦੀ ਤੁਸੀਂ ਨਾ ਕਿ ਸਿਰਫ ਆਪ ਲੀਡ ਬਾਈ ਐਗਜ਼ੈਂਪਲ ਆਪ ਖੜੇ ਹੋ ਕੇ ਇਸ ਮੁਲਕ ਦੇ ਪੋਲੀਟਿਕਲ ਸਿਸਟਮ ਦੇ ਵਿੱਚ ਇਨਵੋਲ ਹੋਏ ਤੁਸੀਂ ਹੋਰਾਂ ਨੂੰ ਵੀ ਸਪੋਰਟ ਕਰਦੇ ਹੋ ਕਮਿਊਨਿਟੀ ਹਰੇਕ ਕਾਰਜ ਨੂੰ ਸਪੋਰਟ ਕਰਦੇ ਹੋ ਪ੍ਰਹਾਰ ਸਾਹਿਬ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਕਿ ਇਹ ਜੋ ਕੰਮ ਹੋ ਰਿਹਾ ਬਹੁਤ ਵੱਡਾ ਕੰਮ ਹੋ ਰਿਹਾ ਕਿਉਂਕਿ ਸਾਡੀ ਜਿਹੜੀਆਂ ਰੂਟਸ ਆ ਉਹਨਾਂ ਨੂੰ ਸਟਰੋਂਗ ਹੋ ਰਿਹਾ ਕਿਉਂਕਿ ਜਤੋਂ ਅਸੀਂ ਬਚਪਨ ਸੀ ਤੇ ਸਿੱਖੀ ਦਾ ਬਹੁਤ ਜ਼ੋਰ ਸੀ ਹੁਣ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਗਏ ਆ ਸਾਡੀ ਸਿੱਖੀ ਘਟਦੀ ਗਈ ਆ ਇਹ ਨਹੀਂ ਕਿ ਅਸੀਂ ਇਸ ਕੰਟਰੀ ਚ ਆ ਕੇ ਸਿੱਖੀ ਘਟੀਆ ਅਸੀਂ ਵੈਕ ਜਦੋਂ ਅਸੀਂ ਆਪਣੇ ਪਿੰਡਾਂ ਚ ਵੀ ਜਾਂਦੇ ਆ ਪੰਜਾਬ ਦੇ ਵਿੱਚ ਜਾਂਦੇ ਆ ਤੇ ਦੇਖਦੇ ਆ ਕਿ ਬੱਚਿਆਂ ਦਾ ਮਾਹੌਲ ਹੀ ਹੋ ਰਿਹਾ ਤੇ ਜਿਤਨਾ ਛੇਦੀ ਗੁਰਪੁਰ ਚੱਲਦੀ ਦੀ ਦੀ ਸਾਡਾ ਵੀਕ ਚੱਲ ਰਿਹਾ ਇਸ ਵੀਕ ਦੇ ਵਿੱਚ ਮੈਨੂੰ ਯਾਦ ਆ ਕੇ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਭਈ ਇਸ ਵੀਕ ਆਪਾਂ ਮੰਜੇ ਤੇ ਨਹੀਂ ਸੋਣਾ ਤੇ ਹੇਠਾਂ ਸੋਣਾ ਕਿਉਂਕਿ ਸਾਡੇ ਗੁਰੂਆਂ ਦੇ ਸਾਡੇ ਬੱਚਿਆਂ ਨੇ ਬਹੁਤ ਤਸ਼ੱਦਦ ਹੈ ਇਸ ਵੀਕ ਪਰ ਜਦੋਂ ਹੁਣ ਅਸੀਂ ਅੱਜ ਦੇਖ ਰਹੇ ਆ ਉਹ ਕੁਝ ਹੋ ਰਿਹਾ ਪਰ ਇੱਕ ਬਹੁਤ ਖੁਸ਼ੀ ਦੀ ਗੱਲ ਆ ਕਿ ਮੈਂ ਅੱਜ ਤੋਂ 5 4-5 ਸਾਲ ਪਹਿਲਾਂ ਆਪਣੀ ਪਿੰਡ ਜ਼ਮੀਨ ਤੇ ਗਿਆ ਸੀ ਉੱਥੇ ਬਿਲਕੁਲ ਨਾਲ ਹੀ ਸਾਡੇ ਪਿੰਡ ਆ ਇੱਕ ਛੋਟਾ ਜਿਹਾ ਉੱਥੇ ਇੱਕ ਬੜੂ ਸਾਹਿਬ ਦੀ ਬ੍ਰਾਂਚ ਆ ਤੇ ਹਾਂਜੀ ਤੇ ਉੱਥੇ ਗੁਰਦੁਆਰੇ ਸਾਹਿਬ ਦੇ ਨਾਲ ਹੀ ਅਸੀਂ ਮੱਥਾ ਟੇਕਣ ਗਿਆ ਤੇ ਉੱਥੇ ਦੇਖਿਆ ਕਿ ਸਕੂਲ ਦੀ ਬ੍ਰਾਂਚ ਆ ਤੇ ਉੱਥੇ ਬੱਚੇ ਸਵੇਰੇ ਸਵੇਰੇ ਕੀਰਤਨ ਕਰਦੇ ਔਰ ਪਾਠ ਕਰਦੇ ਮੇਰਾ ਆਪਕ ਅੱਖੀ ਦੇਖੇ ਜਦ ਕਿ ਮੈਂ ਆਪ ਕੋ ਖਾਲਸਾ ਹਾਈ ਸਕੂਲ ਬਡੋਂ ਜਿਹੜਾ ਕਿ ਉਹ ਤੋਂ 1 ਮੀਲ ਹੋਰ ਅੱਗੇ ਆ ਜਦ ਮੈਂ ਬਚਪਨ ਸੀ ਤੇ 3 ਮੀਲ ਉੱਥੇ ਜਾਇਆ ਕਰਦਾ ਸੀ ਤੇ ਉਹ ਇੱਕ ਇਹੋ ਜਿਹਾ ਸਕੂਲ ਹੈ ਜਿਹੜੀ ਇੱਕ ਇਹੋ ਜਿਹੀ ਸੰਸਥਾ ਬਣੀ ਜਿਹਨਾਂ ਸਾਡੀਆਂ ਰੂਟਸ ਇਨ ਪੱਕੀਆਂ ਹੋ ਜਾਣ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਬੱਚਿਆਂ ਨੂੰ ਜੇ ਕਿਸੇ ਕੌਮ ਨੂੰ ਅੱਗੇ ਚੁੱਕਣਾ ਹੋਵੇ ਤੇ ਆਪਣੀਆਂ ਬੱਚੀਆਂ ਨੂੰ ਪੜਾ ਲਓ ਬਿਲਕੁਲ ਬਿਲਕੁਲ ਬੱਚੀਆਂ ਪੜ ਜਾਣਗੀਆਂ ਤੇ ਸਾਡੀ ਕੌਮ ਮੋਟਸ ਹੈਗੀ ਜੀ ਇਹੀ ਤਰ੍ਹਾਂ ਸਾਡਾ ਧਰਮ ਵੀ ਆ ਕਿ ਸਾਡੇ ਬੱਚੇ ਪੜ ਗਏ ਸਾਡੇ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਫੇਰ ਕੁਝ ਵੀ ਹੋ ਜਾ ਜਿਹੜੀ ਹੋ ਸਕਦਾ ਹੈ ਤੇ ਤਰੱਕੀ ਤਰੱਕੀ ਤੇ ਰਾਜ ਕਰਿਆ ਖਾਲਸਾ ਜਦੋਂ ਅਸੀਂ ਕਹਿੰਦੇ ਆ ਤਾਂ ਉਹਦੀ ਹੀ ਗੱਲ ਹੋ ਰਹੀ ਹੈ ਮਸਤਾਨ ਸਿੰਘ ਜੀ 2 ਮਿੰਟ ਮੈਂ ਤੁਹਾਡੇ ਲੈਣਾ ਚਾਹਾਂਗੀ ਪਲੀਜ਼ ਸਰ ਖੜੇ ਹੋ ਜਾਓ ਅਮ ਤੁਹਾਡੇ ਪਰਿਵਾਰ ਦੇ ਨਾਲ ਅਸੀਂ ਗੱਲ ਕੀਤੀ ਹੈ ਅਮ ਹਰਭਜਨ ਸਿੰਘ ਜੀ ਤੁਹਾਡੀ लवली ਧਰਮ ਪਤਨੀਆਂ ਦੇ ਨਾਲ ਅਸੀਂ ਗੱਲ ਕੀਤੀ ਹੈ ਮਸਤਾਨ ਸਿੰਘ ਜੀ ਤੁਸੀਂ ਇਸ ਸੇਵਾ ਦੇ ਵਿੱਚ ਆਪ ਦਾ ਹਿੱਸਾ ਪਾ ਰਹੇ ਹੋ ਪੁਰਾਣੇ ਸਮੇਂ ਤੋਂ ਤੁਸੀਂ ਇਸ ਸੇਵਾ ਦੇ ਵਿੱਚ ਜੁੜੇ ਹੋ ਅੱਜ ਵੀ ਤੁਸੀਂ ਇੱਥੇ ਪਹੁੰਚੇ ਹੋ ਦੋ ਲਫ਼ਜ਼ ਮੈਂ ਚਾਹਾਂਗੀ ਤੁਸੀਂ ਸਾਡੇ ਵੀ ਵਿਅਰਜ਼ ਨਾਲ ਸ਼ੇਅਰ ਕਰੋ ਕਿਸ ਤਰ੍ਹਾਂ ਲੱਗ ਰਹੀ ਹੈ ਨਹੀਂ ਸੰਗਤ ਅੱਜ ਕਿੱਥੇ ਪਹੁੰਚੀ ਹੈ ਤੁਹਾਨੂੰ ਇਸੇ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਪਤੇ ਸੰਗਤ ਘਾਟਾ ਮਾਰਦੀ ਦੇਖ ਕੇ ਉਹ ਖੁਸ਼ੀ ਹੁੰਦੀ ਹੈ ਕਿ ਜਿਸੀ ਸਾਡੇ ਗਰੀਬੇ ਜੇ ਬਣੇ ਇਹਨਾਂ ਨੂੰ ਜੋੜ ਸਕਨੇ ਆ ਤੇ ਬੜੀ ਬੜੀ ਅਸਤੀਆਂ ਵੀ ਤੁਹਾਡੇ ਨਾਲ ਜੁੜੀਆਂ ਨੇ ਤੇ ਵਾਹਿਗੁਰੂ ਚੋੜੀ ਰੱਖੇ ਤੇ ਸੰਸਥਾ ਉੱਚੀ ਉੱਚੀ ਜਾਏ ਥੈਂਕ ਯੂ ਜੀ ਥੈਂਕ ਯੂ ਮਸਤਾਨ ਸਿੰਘ ਜੀ ਹਰਵਜਨ ਸਿੰਘ ਜੀ ਤੁਸੀਂ ਨਾ ਕਿ ਸਿਰਫ ਅੱਜ ਪਹੁੰਚੇ ਬਟ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਹੇ ਹੋ ਸਿੱਕਾ ਜੀ ਤੁਹਾਡੇ ਨਾਲ ਮੈਂ ਥੋੜੀ ਜੀ ਗੱਲ ਕਰਨਾ ਚਾਹਾਂਗੀ ਪਲੀਜ਼ ਖੜੇ ਹੋ ਜਾਓ ਸਰ ਸਿੱਕਾ ਜੀ ਜਦੋਂ ਇੱਥੇ ਲੌਂਗ ਆਇਲੈਂਡ ਦੀ ਕਮਿਊਨਿਟੀ ਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਕਿੰਨੀ ਤਰੱਕੀਆਂ ਕੀਤੀਆਂ ਲੌਂਗ ਆਇਲੈਂਡ ਖਾਸ ਕਰਕੇ ਨੈਸਾ ਕਾਉਂਟੀ ਯੂਨਾਈਟਿਡ ਸਟੇਟਸ ਦੇ ਵਿੱਚ ਸਭ ਤੋਂ ਅਮੀਰ ਕਾਉਂਟੀ ਦੇ ਵਿੱਚ ਗਿਣੀ ਜਾਂਦੀ ਹੈ ਤੇ ਜਦੋਂ ਅਮੀਰੀ ਦੀ ਗੱਲ ਆਉਂਦੀ ਹੈ ਬਿਜ਼ਨੈਸਸ ਦੀ ਗੱਲ ਆਉਂਦੀ ਹੈ ਔਨਟਰਪ੍ਰੈਨਿਓਰਸ਼ਿਪ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਤੁਹਾਡਾ ਨਾਮ ਵੀ ਆਉਂਦਾ ਹੈ ਸਿੱਕਾ ਜੀ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਤਰੱਕੀਆਂ ਅਸੀਂ ਜ਼ਰੂਰ ਇੱਥੇ ਕੀਤੀਆਂ ਬਟ ਕੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਤਰੱਕੀਆਂ ਦੇ ਨਾਲ ਸਾਡੀ ਜਿੱਥੇ ਜੜਾ ਹੈਗੀਆਂ ਉੱਥੇ ਸਪੋਰਟ ਕਰਨ ਦੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦਾਸ ਇਸ ਸਬਸਟੈਂਸ਼ੀਅਲ ਨਾਲ ਬੋਲ ਦੇ ਦਾ ਜੁੜਿਆ ਹੈ ਜਿਸ ਤਰ੍ਹਾਂ ਮੁਖਤਾਰ ਜੀ ਨੇ ਕਿਹਾ ਗਿਆ 1976 ਤੋਂ 1996 ਤੱਕ ਦਾਸ ਲੰਡਨ ਵਿੱਚ ਜਿਹੜਾ ਸਭ ਤੋਂ ਪਹਿਲਾ ਗੁਰਦੁਆਰਾ ਆਊਟ ਆਫ ਇੰਡੀਆ ਬਣਿਆ ਸੀਗਾ ਸ਼ੈਫਰਡਸ ਵਿਲਾ ਸੈਂਟਰ ਲੰਡਨ ਵਿੱਚ ਸੰਤ ਅਤਰ ਸਿੰਘ ਜੀ ਮਸਤਾਨੇ ਵਾਲਾ ਨੇ ਉਸ ਵੇਲੇ 1980 ਵਿੱਚ ਬਣਾਇਆ ਸੀਗਾ ਸੰਤੇਜਾ ਸਿੰਘ ਜੀ ਨੇ ਆਗਿਆਥ ਬਣਾਇਆ ਸੀ ਤੇ ਬੜੋ ਸਭ ਤੋਂ ਬਾਬਾ ਇਕਬਾਲ ਸਿੰਘ ਜੀ ਆਈ ਥਿੰਕ ਦਾਸ ਉਤੇ ਸਖਤਰ ਦੀ ਸੇਵਾ ਕਰ ਰਿਹਾ ਸੀਗਾ 19 88 89 ਤੋਂ ਲੈ ਕੇ 96 ਤੱਕ ਉਸ ਦਰਾਂ ਨੂੰ ਵਾਬਾਏ ਕੁਵਾਲ ਸਿੰਘ ਜੀ ਬਹੁਤ ਵਾਰੀ ਆਉਂਦੇ ਰਹੇ ਬਹੁਤ ਵਾਰੀ ਆਲਮੋਸਟ ਐਵਰੀ ਈਅਰ ਬੱਚਿਆਂ ਨਾਲ ਆ ਕੇ ਆਉਂਦੇ ਸੀਗੇ ਔਰ ਉੱਥੇ ਸਟੇਜ ਉੱਤੇ ਉਹਨਾਂ ਦੀ ਕੀਰਤਨ ਵੀ ਕਰਵਾਉਣਾ ਔਰ ਉਸ ਵੇਲੇ ਇਹਨਾਂ ਕੰਟਰੋਲ ਸੀਗਾ ਨਵ ਨਵ ਕੰਮ ਸੀ ਉਹਨਾਂ ਦਾ ਹਾਲੇ ਚ ਸ਼ੁਰੂ ਹੋਇਆ ਸੀ ਇਸ ਸੇਵਾ ਦਾ ਸੋ ਉਸ ਵਿੱਚ ਕਿਸੇ ਕਿ ਦਾਸ ਕਿਛੂ ਵੀ ਕਹਿੰਦਾ ਚਲੋ ਜੀ ਖੜੇ ਹੋ ਤਰੇਆ ਸਾਹਿਬ ਇੱਕ ਕਮਰਾ ਤੁਸੀਂ ਦਿਓ ਸਾਹਿਬ ਤੁਸੀਂ ਖੜੇ ਹੋ ਇੱਕ ਕਮਰਾ ਦਿਓ ਤੇ ਸੰਗਤਾਂ ਮੰਦੀਆਂ ਵੀ ਸੀਗੀਆਂ ਸਮਰਥਨ ਦਿੰਦੀਆਂ ਵੀ ਸੀਗੀਆਂ ਬਹੁਤ ਕਮਰੇ ਮੇਰੇ ਖਿਆਲ ਹੈ ਕਿ ਦਾਸ ਨੇ 40 50 ਕਮਰੇ ਤਾਂ ਡੈਫਰੈਂਟਲੀ ਉਹਨਾਂ ਨੂੰ ਡਿਵੋਟ ਕਰਵਾਏ ਸੀਗੇ ਸੰਗਤਾਂ ਤੋਂ ਲੈ ਕੇ ਸੋ ਬੜੂ ਸਾਹਿਬ ਇੱਕ ਬਹੁਤ ਵੱਡੀ ਸੰਸਥਾ ਜੋ ਚੱਲ ਰਹੀ ਹੈ ਹੁਣ ਜਦਾਂ ਸੁਣਿਆ ਕਿ 129 120 ਸਕੂਲ ਵੀ ਬਣ ਚੁੱਕੇ ਹੈਗੇ ਸੋ 500 ਦਾ ਉਪਰਾਲਾ ਹੈ ਆਈ ਥਿੰਕ ਅਸੀਂ ਹੁਣ ਵੀ ਗੁਜ਼ਾਰਿਆਂ ਚ ਹੈਗੇ ਆ ਦਾਸ ਤੋਂ ਸੇਵਾ ਮਿਲੀ ਹੋਈ ਹੈ ਤੇ 23 ਸਾਲ ਤੋਂ ਪਲੇਨ ਵੀ ਗੁਰੂ ਘਰ ਵਿੱਚ ਤੇ ਕੋਸ਼ਿਸ਼ ਕਰਾਂਗੇ ਕਿੱਥੇ ਵੀ ਜਿੰਨੀ ਵੱਧ ਚੜ੍ਹ ਕੇ ਜਿੰਨੇ ਵੀ ਅਸੀਂ ਸਕੂਲਾਂ ਵਾਸਤੇ ਜੋ ਉਪਰਾਲਾ ਸੀ ਕਰ ਸਕੀਏ ਇਕੱਠੇ ਉਹਨਾਂ ਦਾ ਕਰਵਾਵਾਂਗੇ ਸਾਰੀ ਸੰਗਤਾਂ ਸਾੜੀ ਅਮੀਰ ਜਿੱਥੇ ਤੁਸੀਂ ਕਹੇ ਸੰਗਤਾਂ ਸਾਰੀਆਂ ਅਮੀਰ ਹੈਗੀਆਂ ਕੋਈ ਪੈਸੇ ਦੀ ਕਮੀ ਨਹੀਂ ਸਿਰਫ ਮਨ ਨੂੰ ਬਣਾਉਣ ਦੀ ਲੋੜ ਹੈ ਜੀ ਜੀ ਸੋ ਬਾਕੀ ਜਿਹੜੀ ਗੱਲ ਤੁਸੀਂ ਕਹੀ ਕਿ ਉੱਥੇ ਪੰਜਾਬ ਵਿੱਚ ਸਿੱਖੀ ਬੜੀ ਘਟ ਗਈ ਹੈ ਪਰ ਸਿੱਖੀ ਉਸ ਜ਼ਮਾਨੇ ਵਿੱਚ ਪੰਜਾਬ ਵਿੱਚ ਕੱਲੀ ਹੈਗੀ ਸੀ ਹੁਣ ਸਾਰੇ ਵਰਲਡ ਵਿੱਚ ਹੋ ਗਈ ਹੈ डोंਟ ਫੋਰਗੇਟ ਦੈਟ ਬਿਲਕੁਲ ਨੋ ਸੋ ਹਰ ਦੇਸ਼ ਵਿੱਚ ਇਸ ਸਿੱਖੀ ਨਹੀਂ ਵਧ ਗਈ ਹੈ ਗੁਜ਼ਾਰੇ ਭਰੇ ਭੇਚ ਉਸ ਜਿਹੜੇ ਮਰਜ਼ੀ 31 ਦਸੰਬਰ ਆ ਰਿਹਾ ਤੁਸੀਂ ਜਿਹੜੇ ਮਰਜ਼ੀ ਗੁਜ਼ਾਰੇ ਚੱਲ ਜਾਓ ਬੈਠਣ ਜਗ੍ਹਾ ਨਹੀਂ ਮਿਲੇਗੀ ਜੀ ਬਿਲਕੁਲ ਔਰ ਐਸਐਲਏ ਮੈਨੂੰ ਯਾਦ ਹੈ 8980 ਉਸ ਵੇਲੇ ਤਿਰਿਭਨ ਕੋਈ 15-20 ਹਜ਼ਾਰ ਗੁਜ਼ਾਰਾ ਹੁੰਦਾ ਸੀ ਅੱਜ ਘੱਟ ਤੋਂ ਘੱਟ 50 ਹਜ਼ਾਰ ਗੁਜ਼ਾਰਾ ਹੈ ਵਰਲਡਵਾਈਡ ਸੋ ਸੰਗਤ ਦੀ ਕੋਈ ਕਮਿਊਨਿਟੀ ਸੰਗਤ ਵਧ ਰਹੀ ਹੈ ਸਿੱਖੀ ਵਧ ਰਹੀ ਹੈ ਬਹੁਤ ਔਰ ਆਈ ਹੋਪ ਕਿ ਸਾਰੇ ਸਿੱਖ ਸਾਰੇ ਵਰਲਡਵਾਈਡ ਜਿਹੜੇ ਸੁਣ ਰਹੇ ਹੈ ਉਹ ਸਾਰੇ ਜਿੰਨੀ ਵੱਤ ਤੋਂ ਵੱਤ ਸਪੋਰਟ ਕਰ ਸਕਦੇ ਅਸੀਂ ਵੀ ਕਰਾਂਗੇ ਉਹ ਗੁਰੂ ਘਰਾਂ ਚ ਵੀ ਅਸੀਂ ਅਨਾਉਂਸਮੈਂਟ ਜੁੜ ਕਰਾਂਗੇ ਵੱਤ ਚੜ੍ਹ ਕੇ ਸੇਵਾ ਹੋਵੇ और बाबा इकबाल ਸਿੰਘ ਜੀ ਦੀ ਸੇਵਾ ਨਹੀਂ ਹੈ ਇਕੱਲੀ ਇਕ ਕੌਂਦੀ ਸੇਵਾ ਹੈਗੀ। ਸੋ ਬੱਚਿਆਂ ਵਾਸਤੇ ਜਰੂਰ ਡੈਫੀਟ ਸੇਵਾ ਕਰਗੇ ਜੀ। ਵਾਹਿਗੁਰੂ ਜੀ ਦਾ ਫਲਸਾ। ਵਾਹਿਗੁਰੂ ਜੀ ਕੀਤੇ। ਸਿੱਕਾ ਜੀ ਤੁਹਾਡੀ ਇੱਕ ਗੱਲ ਮੈਨੂੰ ਇੰਨੀ ਚੰਗੀ ਲੱਗੀ ਕਿ ਮਾਇਆ ਦੀ ਕੋਈ ਕਮੀ ਨਹੀਂ ਐ ਐਂ ਜਿੱਥੇ ਮਾਇਆ ਦੀ ਗੱਲ ਆਂਦੀ ਐ ਅਸੀਂ ਨਾ ਮਾਇਆ ਲੈ ਕੇ ਆਂਦੇ ਆਂ ਨਾ ਅਸੀਂ ਮਾਇਆ ਲੈ ਕੇ ਜਾਨੀ ਐ। ਸੋ ਮਾਇਆ ਜੋ ਤੁਹਾਨੂੰ ਮਿਲੀ ਐ ਬਖਸ਼ਿਸ਼ ਤੁਹਾਡੇ ਉੱਤੇ ਹੋਈ ਐ ਉਹਦੇ ਨਾਲ ਕੁਝ ਚੰਗਾ ਕੰਮ ਕਰੋ। ਸਤਬੀਰ ਸਿੰਘ 베ਦੀ ਜੀ ਅਮ ਇੱਥੇ ਅਸੀਂ ਵੇਦੀ ਮੈਂਸ਼ਨ ਪਹੁੰਚੇ ਆ ਤੁਹਾਡੇ ਫਾਦਰ ਸਾਹਿਬ ਪਰਮਜੀਤ ਸਿੰਘ ਵੇਦੀ ਜੀ ਨਾਲ ਗੱਲ ਹੋ ਰਹੀ ਹੈ ਅਮ ਸਤਬੀਰ ਤੁਸੀਂ ਜੋ ਯੂਥ ਹੈਗੀ ਉਹਨਾਂ ਨੂੰ ਹਮੇਸ਼ਾ empower ਕਰਦੇ ਹੋ ਕਿ ਇਨਵੋਲਵ ਹੋਣ ਤੁਹਾਡੇ ਆਪਣੇ ਬੇਟੇ ਹਨ ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਅਜੇ ਤੱਕ ਸਾਡੇ ਨਾਲ ਹੋ ਰਹੀ ਹੈ ਬਿਕੋਜ਼ ਕਿਤੇ ਨਾ ਕਿਤੇ ਸਾਡੀ ਪਛਾਣ ਹਲੇ ਵੀ ਉਸ ਲੈਵਲ ਤੱਕ ਨਹੀਂ ਪਹੁੰਚੀ ਸਿੱਕਾ ਜੀ ਕਹਿ ਰਿਹਾ ਕਿ ਥਾਂ ਥਾਂ ਤੇ ਗੁਰਦੁਆਰੇ ਥਾਂ ਥਾਂ ਤੇ ਸਿੱਖੀ ਜ਼ਰੂਰ ਫੈਲੀ ਹੋਈ ਹੈ ਬਟ ਪਛਾਣ ਕਿਤੇ ਨਾ ਕਿਤੇ ਪਿੱਛੇ ਰਹਿ ਗਈ ਹੈ ਸਤਪੀਰ ਜੀ ਕਿਸ ਤਰ੍ਹਾਂ এডੂਕੇਸ਼ਨ ਇਸ ਚੀਜ਼ ਦੇ ਵਿੱਚ ਰੋਲ ਪਲੇ ਕਰ ਸਕਦੀ ਹੈ ਤੁਹਾਡੇ ਇੱਥੇ 베ਦੀ ਮੈਂਸ਼ਨ ਦੇ ਵਿੱਚ ਲੋਕੀ ਪਹੁੰਚੇ ਕੀ ਤੁਸੀਂ ਕਹਿਣਾ ਚਾਹੋਗੇ ਵੈਗਜੀਕਾ ਕਾਲਸਾ ਵੈਗਜੀਕੀ ਫਤੇ ਅ ਪਹਿਲੀ ਗੱਲ ਤਾਂ ਹੈਗੀ ਹੈ ਕਿ ਸਿੱਖੀ ਜਿੱਦਾਂ ਸਿੱਕਾ ਜੀ ਨੇ ਕਿਹਾ ਬੜੀ ਵੱਧ ਚੁੱਕੀ ਹੈ ਵਧ ਰਹੀ ਹੈ ਘਰ ਘਰ ਮੂਵ ਹੋ ਰਹੇ ਹੈ ਸਾਰੇ ਨਿਊਯਾਰਕ ਆ ਰਹੇ ਹੈ ਕੈਲੀਫੋਰਨੀਆ ਸ਼ਿਕਾਗੋ ਜਿੱਥੇ ਵੀ ਜਾਓ ਗੁਰਦੁਆਰੇ ਹੀ ਗੁਰਦੁਆਰੇ ਦਿਖ ਰਹੇ ਹੈ ਮੈਂ ਥੋੜਾ ਡਿਫਰੈਂਟ ਟਾਈਪ ਦਾ ਬੰਦਾ ਤੇ ਮੇਰੀ ਸੋਚ ਥੋੜੀ ਡਿਫਰੈਂਟ ਹੈ ਮੇਰੀ ਸੋਚ ਲਾਈਨ ਕਰਦੀ ਹੈ ਕਿਸੇ ਹੋਰ ਨੇ ਕਿਹਾ ਸੀ ਹੋਣੀਆਂ ਕਿ ਮਾਈਨੋਰਟੀ ਨੂੰ ਕੋਈ ਚੁਆਇਸ ਨਹੀਂ ਹੈ ਟੂ other than to uplift themselves to be the best mm -hmm. ke apne aap nu enna changa kar do ke you shine out standing mm -hmm. anywhere mm -hmm. so agar sikhi really wadhani hai na ta sanu jo bado sahab ji uh, uh, kar rein bado sahab vich uh, uh, education de rein dekho ji judiyan ne vi kita mm -hmm. right unike andar temple na kholo mm -hmm. temple na kholo agar kithe pohchana hai na school kholo okay ਸਿੱਖੀ ਵਧ ਰਹੀ ਹੈ ਗੁਰਦੁਆਰੇ ਵੀ ਸਾਰੇ ਜਾਂਦੇ ਆ ਲੰਗਰੇ ਵੀ ਖਾਂਦੇ ਆ ਬਫੇ ਬਣੇ ਹੋਏ ਆ ਗੁਰਦੁਆਰੇ ਅੱਜ ਰਾਈਟ ਅੱਜ ਕੀ ਬੰਡ ਰਿਹਾ ਹੈ ਕਿਹੜੀ ਮਰਚ ਆ ਕਿਹੜੀ ਯੂ ਨੋ ਚੀਜ਼ ਬੰਡ ਰਹੀ ਹੈ ਫਰਾਈਡ ਮਰਚ ਬੰਡ ਰਹੀ ਹੈ ਕਿੱਥੇ ਕਿੱਥੇ ਪਟੂਰੇ ਬੰਡ ਰਹੇ ਆ ਐਂਡ ਆ ਦਾ ਡੇ ਐਜੂਕੇਸ਼ਨ ਜਿਸ ਕਮਿਊਨਿਟੀ ਚ ਨਹੀਂ ਹੋਏਗੀ ਦਿਸ ਇਜ਼ ਵਾਈ ਦਿਸ ਇਜ਼ ਸੋ ਇੰਪੋਰਟੈਂਟ ਜੋ ਬੜੀ ਸਾਹਿਬ ਦਾ ਮਿਸ਼ਨ ਹੈ ਜਿੱਥੇ ਤੁਸੀਂ ਐਜੂਕੇਸ਼ਨ ਅੱਜ ਗੁਰਦੁਆਰੇ ਜਾ ਕੇ ਦੇਖ ਲਓ ਕਿੰਨੇ ਤੁਹਾਨੂੰ ਯੰਗਸਟਰ ਦਿਖਦੇ ਆ ਮੈਂ ਯੰਗਸਟਰ ਵੱਲੋਂ ਗੱਲ ਕਰ ਰਿਹਾ ਠੀਕ ਹੈ ਨਾ ਯੰਗਸਟਰ ਤੁਸੀਂ ਆਪਣੇ ਹੀ ਦੱਸ ਦਿਓ ਵੱਡਿਆਂ ਦੇ ਬੱਚੇ ਦੇਖ ਲਓ ਕਿੱਥੇ ਆ ਗੁਰਦੁਆਰੇ ਗਿਣੇ ਚੁਣੇ ਆ ਉਹ ਵੀ ਪ੍ਰਧਾਨਾਂ ਦੇ ਬੱਚੇ ਜਾਂਦੇ ਆ ਹੋਰ ਕੌਣ ਜਾਂਦਾ ਰਾਈਟ ਸੋ ਅਗਰ ਰੀਲੀ ਸੇਵਾ ਕਰਨੀ ਹੈ ਸਿੱਖੀ ਦੀ ਐਜੂਕੇਸ਼ਨ ਕਰੋ invest in kids invest in india ਬੜੂ ਸਾਬ ਹੋ ਗਿਆ ਇੱਥੇ ਹੋ ਗਿਆ ਐਨਾ ਇਨਵੈਸਟ ਕਰੋ ਆਪਣੇ ਸਕੂਲਾਂ ਵਿੱਚ ਆਪਣੇ ਸਕੂਲ ਹੋਣ ਪੋਲਿਟਿਕਸ ਵਿੱਚ ਯੂ نو ਆਮ ਇਨ ਪੋਲਿਟਿਕਸ ਪੋਲਿਟਿਕਸ ਵਿੱਚ ਸਾਡਾ ਫਰਜ਼ ਬਣਦਾ ਹੈ ਇਕੱਠੇ ਹੋ ਕੇ ਚਲੀਏ ਜੀ ਹਰ ਕਾਂਗਰਸਮੈਨ ਹਰ ਸੈਨੇਟਰ ਹਰ ਪ੍ਰੈਜ਼ੀਡੈਂਟ ਹਰ ਬੰਦੇ ਨਾਲ ਆਪ ਮਿਲਿਏ ਸਾਡੇ ਰੈਪ੍ਰੈਜ਼ੈਂਟੇਟਿਵ ਨਹੀਂ ਹੋਣੇ ਚਾਹੀਦੇ ਸਿੱਖ ਹੋਣੇ ਚਾਹੀਦੇ ਸਾਡੇ ਰੈਪ੍ਰੈਜ਼ੈਂਟੇਟਿਵ ਤੇ ਅਸੀਂ ਉਹਨਾਂ ਨੂੰ ਇੰਨਾ ਦਸੀਏ ਕਿ ਉਹਨਾਂ ਕੋਲੋਂ ਫੰਡਿੰਗ ਲਈਏ ਤੇ ਆਪਣੇ ਸਕੂਲ ਖੋਲੀਏ ਸੋ ਦੈਟਸ ਵਾਇ I ਸਟੈਂਡ ਐਂਡ I ਬੀਲੀਵ ਇਨ ਦਿਸ ਬੜੂ ਸਾਹਿਬ ਐਂਡ ਐਵਰੀਥਿੰਗ ਥੀਸ ਗਾਈਜ਼ ਆ ਡੂਇੰਗ ਬਟ I I I ਸਟਰੋਂਗਲੀ ਬੀਲੀਵ ਐਜੂਕੇਸ਼ਨ ਈਜ਼ ਓਨਲੀ ਵੇ ਸਤਿ ਸ੍ਰੀ ਅਕਾਲ। थैंक यू सो मच सतबीर 베ਦੀ। um ਯੂ نو ਸਤਬੀਰ ਤੁਸੀਂ ਇੱਕ ਗੱਲ ਕਹੀ ਹੈ ਕਿ ਸਾਡੇ ਪੋਲਿਟਿਕਸ ਦੇ ਬੱਚੇ ਆਪ ਹੋਣੇ ਚਾਹੀਦੇ ਐ। ਬਟ ਬਿਫੋਰ ਵੀ ਸੈਂਡ them ਇੰਟੂ the ਪੋਲਿਟਿਕਲ ਸਿਸਟਮ। ਉਹਨਾਂ ਨੂੰ ਅਸੀਂ ਤਿਆਰ ਕਰੀ ਉਹਨਾਂ ਨੂੰ ਪੜ੍ਹਾਈ ਐ, ਲਿਖਾਈ ਐ, ਸਿੱਖੀ ਬਾਰੇ ਸਿਖਾਈਏ। ਮੋਹਿੰਦਰ ਸਿੰਘ ਤਨੇਜਾ ਜੀ 2 ਮਿੰਟ ਤੁਹਾਡੇ ਸਰ ਟਾਈਮ ਦੇ ਚਾਹੀਏ। ਤੋਨੂੰ ਇੱਥੇ ਪਿਆਰ ਨਾਲ ਲੋਕੀ ਕਹਿੰਦੇ ਸਿੱਖਾ ਦਾ ਮੇਰ। ਸਿੱਖਾ ਦਾ ਮੇਅਰ ਮੋਹਿੰਦਰ ਸਿੰਘ ਤੇ ਨੇਜਾ ਜੀ ਆਮ ਤਨੇਜਾ ਜੀ ਯੂ نو ਸਿੱਖਾ ਦਾ ਕੋਈ ਆਪ ਦਾ ਮੁਲਕ ਤਾਂ ਨਹੀਂ ਹੈਗਾ ਤੇ ਅਸੀਂ ਸਿੱਖਾਂ ਦੀ ਮੇਅਰ ਤੱਕ ਤਾਂ ਪਹੁੰਚ ਨਹੀਂ ਸਕਦੇ ਬਟ ਅਗਰ ਅਸੀਂ ਉਸ ਚੀਜ਼ ਤੱਕ ਅਸੀਂ ਆਸ ਰੱਖਦੇ ਹਾਂ ਉਮੀਦ ਰੱਖਦੇ ਹਾਂ এডਿਕੇਸ਼ਨ ਦਾ ਇਹੋ ਜੀ ਸੰਸਥਾਵਾਂ ਦਾ ਕੀ ਰੋਲ ਹੈਗਾ ਕਿ ਕਦੀ ਜਾ ਕੇ ਉਹ ਸਾਨੂੰ ਚੀਜ਼ ਮਿਲ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਹੋ ਜੀ ਨੋਲੇਜ ਇਜ਼ ਪਾਵਰ ਉਦੇ ਵਾਸਤੇ ਇੱਕ ਸਟਰੋਂਗ এডੂਕੇਸ਼ਨ ਦੇ ਫੰਡamentals ਤੇ ਫਾਊਂਡੇਸ਼ਨ ਬਹੁਤ ਹੀ ਜ਼ਰੂਰੀ ਹੈਗੀ ਹੈ ਜਿਵੇਂ ਕਿ ਉਹਨੇ ਸਤਬੀਰ ਨੇ ਵੀ ਇਸ ਗੱਲ ਤੇ ਥੋੜਾ ਐਮਫਸਾਈਜ਼ ਕੀਤਾ ਕਿ ਜਦ ਤੱਕ ਕਿ ਅਸੀਂ ਬੋਰਡ ਰੂਮ ਵਿੱਚ ਜਦ ਤੱਕ ਕਿ ਅਸੀਂ ਟੇਬਲ ਤੇ ਨਹੀਂ ਬੈਠਾਂਗੇ ਕਿਸੇ ਵੀ ਪਾਰਟਿਸਪੇਟ ਨਹੀਂ ਕਰਾਂਗੇ ਤਨਾ ਤੱਕ ਅਸੀਂ ਅੱਗੇ ਨਹੀਂ ਵਧ ਸਕਦੇ ਨਹੀਂ ਤੇ ਅਸੀਂ ਹਮੇਸ਼ਾ ਇਗਨੋਰ ਹੀ ਹੁੰਦੇ ਰਵਾਂਗੇ ਉਹਦੇ ਵਾਸਤੇ ਅਗਰ ਸਾਡੀ ਇਕ ਸ਼ੁਰੂਆਤ ਤੋਂ ਜੜੀ ਫਾਊਂਡੇਸ਼ਨ ਹੈਗੀ ਹੈ ਐਜੂਕੇਸ਼ਨਲ ਫਾਊਂਡੇਸ਼ਨ ਸੋ ਜਿਹੜਾ ਵੀ ਅਕਾਲ ਅਕੈਡਮੀ ਵਰੂ ਸਾਹਿਬ ਦਾ ਜਿਹੜਾ ਇਹਨਾਂ ਇੰਪੋਰਟੈਂਟ ਮਿਸ਼ਨ ਹੈ ਇਹਨਾਂ ਇਨੀਸ਼ੀਏਟਿਵ ਹੈਗਾ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਹੈਗਾ ਕਿ ਅਸੀਂ ਇਹਨੂੰ ਸਪੋਰਟ ਕਰੀਏ ਤਾਂ ਕਿ ਇੱਕ ਅੱਛੇ ਅਸੀਂ ਸਿੱਖ ਵੀ ਬਣੀਏ ਤੇ ਅੱਛੇ ਸਿਵਿਕ ਸੈਂਸ ਦੇ ਨਾਲ ਇੱਕ ਅੱਛੇ ਹਿਊਮਨ ਬੀਇੰਗ ਵੀ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। थैंक यू सो मच मोहिंदर सिंह तनेज जी कम्युनिटी लीडर एंड एक्टिविस्ट हरभजन सिंह सचदेवा जी प्लेन व्यू ਗੁਰਦੁਆਰੇ ਤੋਂ ਦੋ ਲਵਸ ਤੁਹਾਡੇ ਤੋਂ ਸੁਣਨਾ ਚਾਹਨੀ ਆ ਮੈਂ ਸਰ ਬਿਕੋਜ਼ ਗੁਰਦੁਆਰਿਆਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਕੰਮ ਹੋ ਰਿਹਾ ਐ এডੂਕੇਸ਼ਨ ਦਾ ਕੰਮ ਗੁਰਦੁਆਰਿਆਂ ਦੇ ਵਿੱਚ ਵੀ ਹੋ ਰਿਹਾ ਐ ਬਟ ਜਦੋਂ ਅਸੀਂ ਗੁਰਦੁਆਰਿਆਂ ਦਾ ਜੋ ਕਮਿਊਨਿਟੀ ਦੇ ਵਿੱਚ ਰੋਲ ਐ ਸੰਗਤਾਂ ਨੂੰ ਇਸ ਤਰ੍ਹਾਂ ਇਕੱਠੇ ਕਰਨਾ ਉਹਨਾਂ ਨੂੰ ਦੱਸਣਾ ਕਿ ਕਿਥੇ ਸਾਡੀ ਸਪੋਰਟ ਹੋਣੀ ਚਾਹੀਦੀ ਹੈ ਬੜੂ ਸਾ ਵਰਗੀ ਸੰਸਥਾਵਾਂ ਨੂੰ ਕਿਸ ਤਰ੍ਹਾਂ ਸਾਨੂੰ ਸਪੋਰਟ ਕਰਨਾ ਚਾਹੀਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਥੋੜਾ ਜਿਹਾ ਕਰੈਕਸ਼ਨ ਕਰਾਂ ਮੇਰਾ ਨਾਮ ਹਰਚਰਨ ਸਿੰਘ ਸਰਜ ਦੇ ਨੋ ਨੋ ਯੂ ਆਰ ਫਾਈਨ ਯੂ ਆਰ ਫਾਈਨ ਨੋ 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 ਸੌਰੀ ਐਂਡ ਮੈਂ ਗੁਰਦੁਆਰਾ ਗਲੈਂਕੋਵ ਦੇ ਅੰਦਰ ਸੇਵਾ ਲਈ ਹੋਈ ਹੈ ਸੋ ਇਟਸ ਆਲ ਗੁਰਮਾਤਾ ਸਾਹਿਬ ਕਰ ਸੋ ਇਟਸ ਵੰਡਰਫੁਲ ਟੂ ਟਾਕ ਟੂ ਯੂ ਐਂਡ ਟਾਕ ਟੂ ਦੀ ਸੰਗਤ and definitely jo barusaab te sanji ne upraala leya that is one of the best i would say in the world badi kamala and sareyanu support karna chahida hai kyunki definitely education is most important sade bacche pad jaan te kaam agge badh jayegi aur kaam nu success milegi so definitely we must support the barusaab mission and any other educational uh, institute sikhamaste ਵੈਗੁਰੂ ਜੀ ਦਾ ਕਾਲ ਸਰ ਵੈਗੁਰੂ ਜੀ ਕੀ ਫਤਿਹ ਸੱਚ ਦੇਵ ਸੱਚ ਦੇਵਾ ਜੀ ਗਲੈਂਕੋਵ ਗੁਰਦੁਆਰਾ ਥੈਂਕ ਯੂ ਸੋ ਮਚ ਸਰ ਯੂਥ ਦੀ ਗੱਲ ਹੋ ਰਹੀ ਹੈ ਕਿ ਇਹ ਜੋ ਉਪਰਾਲਾ ਹੈਗੇ ਨਾ ਕਿ ਸਿਰਫ ਸਾਡੇ ਬਜ਼ੁਰਗਾਂ ਦਾ ਉਪਰਾਲਾ ਹੈ ਯੂਥ ਵੀ ਇਸ ਕੌਜ਼ ਦੇ ਵਿੱਚ ਜੁੜ ਰਿਹਾ ਹੈ ਜਿਸ ਦਾ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਹੁਣ ਆਮ ਗੱਲ ਕਰਨ ਲਈ ਜੁਆਇਨ ਕਰੇ ਤਨਦੀਪ ਕੌਰ ਤਨਦੀਪ ਯੂ ਆਰ ਨਾਟ ਜਸਟ ਅ ਯੂਥ ਆਰਗੇਨਾਈਜ਼ਰ ਯੂ ਆਰ ਸਟੂਡੈਂਟ ਰਾਈਟ ਨਾਓ ਬਟ ਤੁਸੀਂ ਇੱਥੇ ਪਹੁੰਚੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹੋ ਆਮ ਹਾਊ ਡੂ ਯੂ ਫੀਲ ਅਬਾਊਟ ði ਵਰਕ That's taking place at Baruza. Yeah, Waiguruji um, ka hal sa Waiguruji ki fate. First of all, Sariyanu thank you, Mukta, Aunty Thanu, both thank you. Jadi vite si galla hon tak bolia ne. Sariyan delnu vadiya. As a youth organizer, as growing up in this community, education was always emphasized for me, but. I also grew up in I didn't grow up in Long, on Long Island, which as you said is one of the richest areas. I grew up in Richmond Hill. Mm -hmm. um, so as a community organizer, as a youth organizer, our job right now for a lot of people that grew up like me is seeing that um New York, Tri-State education emphasize nahi hosa hope hai right so we're trying to emphasize that to them but jithe tak bado saheb di gal aandi hai india di gal aandi hai saada dil ta punjab ch hi a ta hun morche de morche di fateh hui idda lagda si sadi fateh ho gayi dam pata nahi assi presidency jist liya dil ta punjab rehanda par je koi tarika evve hoye am ide bae tuhanu zyada pata hovega ke assi international bachcha nal te punjab de bachcha nal jehde saheb bachcha koi na koi connection bana ke rakhe ke sanno vi even lage ke punjab vich ਕੁਝ ਹੋ ਰਿਹਾ ਤਾਂ ਅਸੀਂ ਵੀ ਨਾਲ ਖੜੇ ਆ ਬੱਚਿਆਂ ਦੇ ਉਹਨਾਂ ਨੂੰ ਵੀ ਇਹ ਲੱਗੇ ਕਿ ਉਹਨਾਂ ਦਾ ਵੀ ਕੋਈ ਹੋਰ ਸਹਾਰਾ ਹੈਗਾ ਆਈ ਥਿੰਕ ਕਿ ਆ ਗੱਲ ਪੰਜਾਬ ਦੀ ਕਮਿਊਨਿਟੀ ਨੂੰ ਹੀ ਤੇ ਸਾਡੀ ਕਮਿਊਨਿਟੀ ਸਾਡੇ ਬੱਚਿਆਂ ਨੂੰ ਬਹੁਤ ਸਟਰੋਂਗ ਰੱਖੇਗੀ ਸਾਨੂੰ ਆਪਣੇ ਰੂਟਸ ਨਾਲ ਸੰਭਾਲ ਕੇ ਰੱਖੇਗੀ ਥੈਂਕ ਯੂ ਥੈਂਕ ਯੂ so much ਤਿੰਦੀਪ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਇਨੇ ਸੁਲਝੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਅਪਰੀਸ਼ੀਏਟ ਯੋਰ ਵਿਊਜ਼ ਇਨ ਲਾਸਟ ਬਨਾਲਿਸਟ ਆ ਵਾਂਟ ਟੂ ਟਾਕ ਟੂ ਸਮਵਨ ਹੂ ਇਜ਼ ਨਾਟ ਫਰਮ ਦ ਕਮਿਊਨਿਟੀ ਹੂ ਇਜ਼ ਨਾਟ ਅ ਸਿੱਖ But, is vich, kam jo aap sant baba ikbal Sir, I'd like to get two minutes of your time. If you could please stand up. Sure. Tell our viewers and the audience here, um, if you could just uh, turn around, face the camera, your full name and who you're representing today. Uh, my name is Tony Hassini. I am the chairman CEO. Of the International Magician Society. is the largest magic society listed in Guinness World Records with over 57,000 members worldwide. I met Jasper Sadu in Las Vegas. Uh, we did a business. He's an architect, engineer, designed my house that I was building a home in Las Vegas, and we became friends. I heard about Baba G and i was very interested in it and i, I volunteered to go to india to perform magic for the children. Uh, when i arrived in delhi, new delhi, a, a gentleman came uh, to the airport, picked me up. his name was uh, after harry. very distinguished gray beard, you know, turban, totally white uh, dress. And I, I thought he was an Indian, but he had a perfect American accent. And after a while talking to him, I found out that he was a president of one of the large Hollywood movie studios. Uh, I, I know the company, and they made big movies. And I checked him out, it's true. But he gave up all of that to go to India to help Baba G with his project. So he was sent to airport to pick me up. So I had a great escort. We stayed in, um, in Delhi, and then we took a train to go to the camp where the Babaji is. I forgot the name. What what is the area? Himachal? It was up in the mountains. Yeah. Tell us about the, the meeting with Babaji. I will get to that. Sure. You don't have to rush. No problem. As long as the cameras have <laughs> enough film, we'll get to that. Okay. I was just trying to remember the name. Anyway, Borsa? Borusa. Borusa, that's it. That's the name, Borusa. So we took the train and we got. I, I was expecting a little place, little camp uh, at Borusa. And some children, but I was totally amazed to see this beautiful site with the mountains, and there was a, a school for young children, very young. There was another school for uh, a little older, and then another school, and uh, like a university and then they had a hospital. I was totally blown away. I met Baba G and I couldn't believe this man, who was able to create all this to help children, lived in a very simple, very simple room. There's no furniture. There was just a, a mattress on the floor, <coughs> and it really affected me. You know, I I felt very. I still today I feel very emotional about this. It's, it's just, it's, it's very emotional. And so um, we talked, and he told me all about what he's doing. And, um, and I, I did a show for the children. And during that time, I stayed there. I met some of the doctors, nurses, teachers, and uh, some of the older students, very smart. I mean, they were really taught. There was a phone call came in and they found the baby. And Baba Ji sent an ambulance to pick it up and bring the baby. And like uh, 13 hours later, they had this baby came in, and the doctors and nurses and it was good, good health. So it was a really um, emotional experience for me, and I still remember it. Uh, many years later, Babaji came to United States and uh, he was in Queens and then manhattan and I went there and they had a kind of Indian community uh, s on the both side of the road and they had this open car or like a van and um, we helped them get in and and some guys have brought this nice chair it looks like a you know, like a, a king's chair, you know, with a cushion in the back. And they, I gave it to him to sit, and he said, <coughs> No. He took it away and sat on the floor. So that as the van is going, people waving, he was just a simple man, uh, totally amazing. It's, I, I don't know. Thank you, thank you, Tony. That was uh, wonderful. Uh, you know, I, I feel a little emotional myself. I can completely feel your emotions uh, through the few words you shared with us. Um audience community leaders, businessmen, well-educated, well-to-do do sade leaders, ਇਨ੍ਹਾਂ ਦੇ ਨਾਲ ਗੱਲ ਕਰਕੇ ਸਾਡੀ ਕਮਿਊਨਿਟੀ ਦੇ ਵਿੱਚੋਂ ਜੋ ਨਹੀਂ ਵੀ ਆਂਦੇ ਉਹਨਾਂ ਦੇ ਨਾਲ ਗੱਲ ਕਰਕੇ ਲੱਗਦਾ ਹੈ ਕਿ ਹਰੇਕ ਇੰਡੀਵਿਜੂਅਲ ਨੂੰ ਇਸ ਕੌਜ਼ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੋ ਪੰਜਾਬੀ ਨਹੀਂ ਵੀ ਹੈਗੇ ਉਹ ਵੀ ਇਸ ਮਿਸ਼ਨ ਨੂੰ ਅਪਰੀਸ਼ੀਏਟ ਕਰਦੇ ਆ ਸਮਝਦੇ ਕਿ ਕਿੰਨੇ ਵੱਡੇ ਲੈਵਲ ਤੇ ਇਹ ਕੰਮ ਹੋ ਰਿਹਾ ਤੇ ਸਾਡੀ ਕਮਿਊਨਿਟੀ ਦਾ ਇਹ ਮਿਸ਼ਨ ਹੋਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਹਦੀ ਕਦਰ ਕਰਨੀ ਚਾਹੀਦੀ ਹੈ ਇਹ ਤਾਂ ਸਾਡੀ ਆਪਣੀ ਗੱਲ ਹੈਗੀ ਇੱਕ ਵਾਰੀ ਫੇਰ ਇਸ ਕੌਜ਼ ਲਈ ਅੱਜ ਅਸੀਂ ਇੱਥੇ ਪਹੁੰਚੇ ਆਂ ਕਿ ਤੁਸੀਂ ਕਰ ਸਕਦੇ ਹੋ ਇਸ ਕੌਜ਼ ਨੂੰ ਸਪੋਰਟ ਕਰਨ ਲਈ ਇਹਦੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਪ੍ਰੋਗਰਾਮ ਅੱਜ ਦਾ ਮੁੱਦਾ ਬੇਦੀ ਮੈਂਸ਼ਨ ਤੋਂ ਤੁਹਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰ ਰਹੇ ਆਂ ਸਾਡੇ ਕਮਿਊਨਿਟੀ ਲੀਡਰਸ ਵਿਦਵਾਨ ਸਾਡੇ ਗੁਰਦੁਆਰਿਆਂ ਦੇ ਲੀਡਰਸ ਇੱਥੇ ਪਹੁੰਚੇ ਹੋਏ ਯੂਥ ਪਹੁੰਚੀ ਹੋਈ ਹੈ ਸਾਰਿਆਂ ਦੇ ਨਾਲ ਅਸੀਂ ਗੱਲ ਕਰ ਰਹੇ ਆਂ ਸਾਰਿਆਂ ਦੇ ਵਿੱਚ ਪੰਜਾਬ ਤੇ ਸਿੱਖੀ ਦਾ ਦਰਦ ਇੱਥੇ ਮਹਿਸੂਸ ਹੋ ਰਿਹਾ ਬਟ ਇੱਥੇ ਸਾਨੂੰ ਇੱਕ ਆਸ ਵੀ ਦਿਖ ਰਹੀ ਹੈ ਕਿ ਜਿੰਨੇ ਜੋਸ਼ ਦੇ ਨਾਲ ਇੱਥੇ ਪਹੁੰਚੀ ਹੋਈ ਸੰਗਤਾਂ ਇਸ ਕੌਜ਼ ਨੂੰ ਸਪੋਰਟ ਕਰ ਰਹੀ ਹੈ ਕਿ ਸਾਡੀ ਸਿੱਖੀ ਕਿੱਥੇ ਨਹੀਂ ਜਾਣ ਵਾਲੀ ਕੋਈ ਵੀ ਕਿੰਨੀ ਵੀ ਕੋਸ਼ਿਸ਼ ਕਰ ਲੈ ਉਹ ਨਹੀਂ ਸਾਨੂੰ ਰੋਕ ਸਕਦੇ ਭਾਵੇਂ ਉਹ ਪੰਜਾਬ ਦੀ ਗੱਲ ਕਰੀਏ ਭਾਵੇਂ ਬਾਲੇ ਮੁਲਕਾਂ ਦੀ ਗੱਲ ਕਰੀਏ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਪ੍ਰੋਗਰਾਮ ਦੇ ਅਖੀਰਲੇ ਸੈਗਮੈਂਟ ਦੇ ਵਿੱਚ ਹੋਰ ਕੁਝ ਸੇਵਾਵਾਂ ਦੀ ਅਨਾਉਂਸਮੈਂਟ ਕਰਦੇ ਹੋਏ ਜਸਪਾਲ ਸਿੰਘ ਜੀ ਮੈਂ ਚਾਹਾਂਗੀ ਕਿ ਜੋ ਹੁਣ ਕੁਝ ਅਨਾਉਂਸਮੈਂਟਸ ਹੋਈਆਂ ਕਿਸ ਤਰ੍ਹਾਂ ਲੋਕੀ ਸਪੋਰਟ ਕਰਨਾ ਚਾਹੁੰਦੇ ਇਸ ਕੌਜ਼ ਨੂੰ ਉਹਨਾਂ ਦੇ ਬਾਰੇ ਪਲੀਜ਼ ਸਾਨੂੰ ਦੱਸੋ ਥੈਂਕ ਯੂ ਅਸ਼ਮਿਤਾ ਜੀ ਜਿਸ ਤਰ੍ਹਾਂ ਪਹਿਲਾਂ ਵੀ ਸਾਨੂੰ ਸੰਗਤ ਨੇ ਬਹੁਤ ਸਹਾਇਕ ਦਿੱਤਾ ਤੇ ਅੱਜ ਵੀ ਜੋ ਇੱਥੇ ਸੰਗਤਾਂ ਇਕੱਤਰ ਹੋਈਆਂ ਉਹਨਾਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸਹਾਇਕ ਮਿਲ ਰਿਹਾ ਸਾਡੇ ਕੋਲ ਕੁਝ ਅਨਾਉਂਸਮੈਂਟ ਮੈਂ ਕਰ ਰਿਹਾ ਕਿ ਸਾਰ ਸੰਦਰ ਸਿੰਘ ਜੀ ਚਾਵਲਾ ਤੇ ਪਰਮਜੀਤ ਸਿੰਘ 베ਦੀ ਜੀ ਨੇ ਦੋਨਾਂ ਨੇ ਰਲ ਕੇ ਇੱਕ ਕਮਰੇ ਦੀ ਸੇਵਾ 10000 ਡਾਲਰ ਦੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ 베ਦੀ ਸਾਹਿਬ ਤੇ ਚਾਵਲਾ ਸਾਹਿਬ ਸਾਡੇ ਨਾਲ ਬਰਿੰਦਰਪਾਲ ਸਿੰਘ ਸਿੱਕਾ ਜੀ ਉਹਨਾਂ ਨੇ ਵੀ ਇਹ ਸੇਵਾ ਦੇ ਵਿੱਚ ਯੋਗਦਾਨ ਪਾਇਆ ਸਾਹ ਹਰਚੰਨ ਸਿੰਘ ਜੀ ਸੱਚ ਦੇਵਾਨੇ ਅਨਸ਼ ਸਤਨਾਮ ਸਿੰਘ ਜੀ ਨੇ ਦੋਨੋਂ ਨੇ ਹਜ਼ਾਰ ਹਜ਼ਾਰ ਡਾਲਰ ਦੀ ਸੇਵਾ ਦੇ ਵਿੱਚ ਯੋਗਦਾਨ ਪਾਇਆ ਸੋ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇੱਥੋਂ ਦੇ ਜਿਹੜਾ ਮੈਸੇਜ ਇਹ ਜਾ ਰਿਹਾ ਵਰਲਡਵਾਈਡ ਜਿਹੜਾ ਮੈਸੇਜ ਆ ਰਿਹਾ ਸਾਨੂੰ ਬਹੁਤ ਉਮੀਦ ਹੈ ਕਿ ਹੋਰ ਵੀ ਸੰਗਤਾਂ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਕਰਨਗੀਆਂ ਸੋ ਇਨੀਆਂ ਬੇਨਤੀਆਂ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜਿਸਪਾਲ ਜੀ ਪਰਮਜੀਤ ਸਿੰਘ 베ਦੀ ਜੀ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਇੱਥੇ ਇੱਕ ਬਹੁਤ ਹੀ ਹਾਰਟਫੇਲਟ ਥੈਂਕ ਯੂ ਕਹਿੰਦੇ ਆ ਕਿ ਤੁਸੀਂ ਨਾ ਕਿ ਸਿਰਫ ਇੱਥੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਇਹਨਾਂ ਲੋਕਾਂ ਨੂੰ ਇੱਥੇ ਯੂ نو ਇਕੱਠੇ ਬੁਲਾਇਆ ਆ ਬਟ ਮੋਰ ਇੰਪੋਰਟੈਂਟਲੀ ਜਿੱਥੇ ਸਿੱਖਾਂ ਨੂੰ ਸਭ ਤੋਂ ਜ਼ਿਆਦਾ ਲੋਡ ਸੀਗੀ ਅਫਗਾਨਿਸਤਾਨ ਦੇ ਵਿੱਚੋਂ ਪਰਿਵਾਰ ਸੀਗੇ ਉਹਨਾਂ ਦੀ ਮਦਦ ਲਈ ਤੁਸੀਂ ਖੜੇ ਹੋਏ ਹੋ ਇੱਥੇ ਤੁਸੀਂ ਕਮਿਊਨਿਟੀ ਦੇ ਵਿੱਚ ਇੱਕ ਲੀਡਰ ਦੇ ਤੌਰ ਤੇ ਹਮੇਸ਼ਾ ਖੜੇ ਹੋਏ ਹੋ ਬੇਦੀ ਜੀ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਸ ਕਾਸ ਬਾਰੇ ਵਿਊਅਰਸ ਨੂੰ ਅਸ਼ਮੇਤਾ ਜੀ ਸਭ ਤੋਂ ਪਹਿਲਾਂ ਮੈਂ ਜਸ ਪੰਜਾਬੀ ਦਾ ਔਰ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਔਰ ਜਿੰਨੇ ਵੀ ਮਿੱਤਰ ਦੋਸਤ ਪਰਿਵਾਰ ਇਸ ਸੰਬੰਧੀ ਸਾਰੇ ਸਾਹਮਣੇ ਬੈਠੇ ਹੋਏ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਇਸ ਮੌਕੇ ਤੇ ਆ ਕੇ ਇਹਨਾਂ ਨੇ ਸਾਡਾ ਸਾਥ ਦਿੱਤਾ ਇੱਥੇ ਜ਼ਰੂਰੀ ਨਹੀਂ ਹੁੰਦਾ ਕਿ ਆਪਣਾ ਫੰਡ ਰੈising ਕੀਤੀ ਜਾਵੇ ਨੋ ਇਹ ਪ੍ਰੋਗਰਾਮ ਸੀਗਾ ਲੈਟਸ ਗੈਟ ਟੂਗੇਦਰ ਲੈਟਸ ਟਾਕ ਅਬਾਊਟ ਦਿਸ ਐਜੂਕੇਸ਼ਨ ਸਿਸਟਮ ਜਿਹੜਾ ਬੜੂ ਸਾਫ ਚ ਹੈਗਾ ਔਰ ਔਰ ਜਿਹੜੇ ਸਰੋਤੇ ਜਿਹੜੇ ਹੈਗੇ ਨੇ ਜਸ ਪੰਜਾਬੀ ਸੁਣਨ ਵਾਲੇ ਉਹਨਾਂ ਨੂੰ ਵੀ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਤੁਸੀਂ ਜਰੂਰ ਬੜੂ ਸਾਹਿਬ ਬਾਰੇ ਇੰਟਰਨੈਟ ਤੇ ਜਾ ਕੇ ਵੀ ਦੇਖੋ ਬਾਬਾ ਇਕਬਾਲ ਸਿੰਘ ਜੀ ਬਾਰੇ ਵੀ ਦੇਖੋ ਜਾ ਕੇ ਔਰ ਅਗਰ ਤੁਹਾਨੂੰ ਇਹ ਰੀਜ਼ਨ ਠੀਕ ਲੱਗਦਾ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਕਈਆਂ ਨੂੰ ਨਹੀਂ ਠੀਕ ਲੱਗਦਾ ਅਗਰ ਤੁਹਾਨੂੰ ਠੀਕ ਲੱਗਦਾ ਤੇ ਇਹ ਜਿਹੜੀ ਮਾਇਆ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਐ ਸੀ ਇਹ ਜਿਹੜਾ ਦਸਵੰਦ ਦਿੰਨੇ ਆ ਇਹ ਅਸੀਂ ਨਹੀਂ ਦਿੰਦੇ ਇਹ ਸਾਡਾ ਨਹੀਂ ਹੈਗਾ ਇਹ ਗੁਰੂ ਸਾਹਿਬ ਦੀ ਬਖਸ਼ੀਆ ਹੋਈਆਂ ਜਿਹੜੇ ਸਾਡੇ ਤੇ ਬਖਸ਼ਿਸ਼ ਕੀਤੀ ਹੋਈ ਏ ਸੱਚੇ ਪਾਤਸ਼ਾਹ ਨੇ ਉਹਦੀਆਂ ਦਿੱਤੀਆਂ ਦਾਤਾਂ ਚੋਂ ਅਸੀਂ ਅਗਰ ਥੋੜਾ ਬਹੁਤਾ ਦੇ ਦਿੰਦੇ ਆ ਤੇ ਕੋਈ ਅਸਾਨ ਨਹੀਂ ਕਰ ਰੇ ਇਹ ਗੁਰੂ ਸਾਹਿਬ ਆਪ ਸੇਵਾ ਉਦੀ ਬਖਸ਼ਿਸ਼ਾਂ ਨੇ ਸੋ ਮੇਰੀ ਸਾਰੇ ਸਰੋਤਿਆਂ ਨੂੰ ਜਸ ਪੰਜਾਬੀ ਨੂੰ ਇਹ ਆਪਣੀ ਬੇਨਤੀ ਹੈ ਕਿ ਆਪ ਜੀ ਸਾਰੇ ਇਸ ਪ੍ਰੋਗਰਾਮ ਬਾਰੇ ਸੋਚੋ ਕਿ ਇਸ ਬੜੂ ਸਾਹਿਬ ਦੇ ਅੰਡਰ ਜੋ 129 ਸਕੂਲ ਨੇ ਔਰ ਇਹਨਾਂ ਨੇ 250 ਜਾਂ 500 ਦੀ ਮੈ ਵਰਲਡਿੰਗ ਸੁਣੀ ਹੈ ਜੋ ਟੀਚਾ ਹੈ ਅਗਰ ਇਤਨੇ ਸਕੂਲ ਪੰਜਾਬ ਦੇ ਵਿੱਚ ਖੁੱਲ ਜਾਂਦੇ ਨੇ ਤਾਂ ਸਮਝੋ ਕਿ ਉਹ ਜਿਹੜੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਨਗੇ ਜੋ ਗੁਰਬਾਣੀ ਦੇ ਨਾਲ ਜੁੜੇ ਹੋਣਗੇ ਸੋਚੋ ਉਹ ਕਦੇ ਨਸ਼ਿਆਂ ਵੱਲ ਨਹੀਂ ਜਾਣਗੇ ਜਿਹੜੇ ਡਰਗ ਦਾ ਉੱਥੇ ਚੱਲ ਰਿਹਾ ਅੱਜਕੱਲ ਉਹ ਬੱਚੇ ਨਹੀਂ ਜਾਣਗੇ ਸੋ ਜਿੰਨੇ ਵੀ ਜ਼ਿਆਦਾ ਵੱਤੋਂ ਆ ਸਕੂਲ ਖੁੱਲ ਰਹੇ ਨੇ ਉਹਦੇ ਵਿੱਚ ਸਾਡੀ ਜਿਹੜੀ ਸਿੱਖੀ ਪਰਪੱਕ ਹੋਵੇਗੀ ਉਹ ਬੱਚੇ ਗੁਰਬਾਣੀ ਪੜ੍ਹਨਗੇ ਜਿਸ ਤਰ੍ਹਾਂ ਇਹਨਾਂ ਨੇ ਹੁਣੇ ਜ਼ਿਕਰ ਕੀਤਾ ਸੀਗਾ ਕਿਸੇ ਸਰੋਤੇ ਦੇ ਤੋਂ ਦੱਸਿਆ ਹੈ ਕਿ ਹਰ ਬੱਚੇ ਨੂੰ ਗੁਰਬਾਣੀ ਪੜ੍ਹਨੀ ਜ਼ਰੂਰੀ ਹੈ ਆਪਣਾ ਹਾਂਜੀ ਮੁਖਤਾ ਜੀ ਬਹੁਤ ਜ਼ਰੂਰੀ ਹੈ ਸੋ ਅਗਰ ਹਰ ਬੱਚਾ ਕਿਸੇ ਵੀ ਧਰਮ ਦਾ ਉੱਥੇ ਹੈਗਾ ਉਹਨਾਂ ਨੂੰ ਗੁਰਬਾਣੀ ਪੜ੍ਹਨੀ ਉੱਥੇ ਜ਼ਰੂਰੀ ਹੈ ਗੁਰੂ ਦੇ ਗਿੱਧਾ ਲੱਗਣਗੇ ਤੇ ਸਿੱਖੀ ਦੀ ਕਦੀ ਕਮੀ ਨਹੀਂ ਹੋਏਗੀ ਸੋ ਮੇਰੀ ਬੇਨਤੀ ਇਹ ਹੈ ਕਿ ਇਸ ਆਰਗੇਨਾਈਜੇਸ਼ਨ ਦੀ ਵੱਤ-ਵੱਤ ਫੰਡ ਨਾਲ ਬਦਲ ਕੀਤੀ ਜਾਵੇ ਗੁਰੂ ਸਾਹਿਬ ਦੇ ਬਖਸ਼ਿਸ਼ ਹੋਏ ਪੈਸਿਆਂ ਦੇ ਵਿੱਚੋਂ ਦਸਵੰਤ ਵਿੱਚੋਂ ਦਸਵੰਤ ਸੀ ਮੇਰੇ ਖਲ ਮੈਂ ਵੀ ਨਹੀਂ ਦਿੰਦਾ ਕੋਈ ਵੀ ਨਹੀਂ ਦਿੰਦਾ ਹੋਏਗਾ ਕਿਉਂਕਿ ਗੁਰੂ ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਲੇਕਿਨ ਜੋ ਸੀ ਵੱਤ-ਵੱਤ ਕਰ ਸਕਦੇ ਆ ਸਾਨੂੰ ਕਰਨਾ ਚਾਹੀਦਾ ਸੋ ਮੇਰੀ ਇਹ ਸਾਰਿਆਂ ਨੂੰ ਇਹ ਬੇਨਤੀ ਹੈ ਬਹੁਤ ਬਹੁਤ ਧੰਵਾਦ ਥੈਂਕ ਯੂ ਜੀ ਪਰਮਜੀਤ ਸਿੰਘ ਵੈਦੀ ਜੀ ਅਮ ਰਵੀਦੀਪ ਕੌਰ ਮੁਕਤਾ ਜੀ ਮੈਂ ਚਾਹਾਂਗੀ ਪ੍ਰੋਗਰਾਮ ਦੇ ਕਲੋਜ਼ਿੰਗ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਲੋਕਾਂ ਨੂੰ ਇੱਕ ਵਾਰੀ ਫਿਰ ਇੱਕ ਜਾਗਰੂਕਤਾ ਲੈ ਕੇ ਆਂਦੇ ਹੋ ਇਸ ਕੌਜ਼ ਨੂੰ ਲੈ ਕੇ ਪਲੀਜ਼ ਕੁਝ ਲਵਜ਼ ਅ ਨਾ ਸਾਰੇ ਵਿਊਅਰਸ ਨੂੰ ਤੇ ਪਲਪ ਜਸਟ ਟੀਵੀ ਪੰਜਾਬੀ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹਾਂਗੀ ਪਲੱਸ ਸਾਰੀਆਂ ਸੰਗਤਾਂ ਦਾ ਦਿਲੋਂ ਲਾਈਕ ਹੱਥ ਜੋੜ ਕੇ ਮੱਥਾ ਟੇਕ ਕੇ ਥੈਂਕ ਯੂ so much ਟੂ ਜੁਆਇਨਿੰਗ ਅਸ ਤੇ ਕੀ ਨਾਮ ਹੈ ਕਿਉਂਕਿ ਜਦੋਂ ਅਸੀਂ ਇਕੱਠੇ ਹੋ ਕੇ ਖੜੇ ਹੋ ਜਾਂਦੇ ਆ ਉਹਦੇ ਵਿੱਚ ਵੀ ਬੜਾ ਵੱਡੀ ਹੌਸਲਾ ਤਾਕਤ ਹੁੰਦੀ ਹੈਗੀ ਰਾਈਟ so ਤੇ ਬਾਣੀ ਕਹਿੰਦੀ ਹੈ ਵਿੱਚ ਸੰਗਤ ਹਰਪ੍ਰਭ ਵਸੇ ਜਿਓ ਇਸ ਸੈਮੀਨਾਰ ਦੇ ਵਿੱਚ ਆਪ ਸਾਰੇ ਆਪ ਗੁਰੂ ਲਾਈਕ ਸੰਗਤ ਦੇ ਵਿੱਚ ਗੁਰੂ ਆਪ ਹਾਜ਼ਰ ਨਾਜ਼ਰ ਤੁਹਾਡੇ ਸਾਰਿਆਂ ਵਿੱਚ ਆਏ ਨੇ ਉਹਦੇ ਨਾਲ ਦੇ ਨਾਲ ਜਿਹੜੇ ਜਸਟ ਟੀਵੀ ਦੇ ਦੇਖ ਰਹੇ ਜਿਹੜੇ ਵੀ ਓਵਰ ਹੈਗੇ ਨੇ ਮੈਂ ਪੂਰੇ ਆਲ ਓਵਰ ਅਮਰੀਕਾ ਦੀਆਂ ਸੰਗਤਾਂ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹਾਂਗੀ ਕਿ ਕਲਗੀਤਾ ਟਰੱਸ ਤੇ ਜਿੰਨੇ ਵੀ ਉਪਰਾਲੇ ਫ্রম 1 ਸਕੂਲ ਟੂ 129 ਸਕੂਲ ਟੂ ਯੂਨੀਵਰਸਿਟੀਆਂ ਫ্রম 5 ਕਿਡਸ ਟੂ 70000 ਕਿਡਸ ਜਿੰਨੀ ਵੀ ਜਰਨੀ ਪਿਛਲੇ 40 50 ਸਾਲ ਤੋਂ ਰਹੀ ਏ ਤੁਹਾਡੇ ਸਾਰੇ ਸਪੋਰਟ ਤੋਂ ਬਿਨਾ ਨਹੀਂ ਪੋਸੀਬਲ ਹੋਣੀ ਸੀ ਤੁਹਾਨੂੰ ਇਹੋ ਬੇਨਤੀ ਹੈ ਕਿ ਇਅਰ ਐਂਡ ਹੈਗਾ ਵੇ ਅਸੀਂ ਸਾਰਿਆਂ ਨੇ ਜੇ ਅਸੀਂ ਦਸਵੰਤ ਕਰਨਾ ਹੈਗਾ ਜਿਹੜੀ ਕਮਰਿਆਂ ਦੀ ਸੇਵਾ ਚੱਲ ਰਹੀ ਏ 10000 ਡਾਲਰ ਇੱਕ ਕਮਰੇ ਦੀ ਸੇਵਾ ਹੈਗੀ ਏ ਚਾਰ ਪਰਿਵਾਰ ਮਿਲ ਕੇ ਦੋ ਪਰਿਵਾਰ ਮਿਲ ਕੇ ਪੰਜ ਪਰਿਵਾਰ ਮਿਲ ਕੇ ਅਸੀਂ ਉਹਨੂੰ ਇਨਸਟਾਲਮੈਂਟਸ ਦੇ ਵਿੱਚ ਮੰਥਲੀ ਕੁਆਟਰਲੀ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਹ ਸੇਵਾ ਕਰਕੇ ਇੱਕ ਇੱਕ ਕਮਰੇ ਦੀ ਸੇਵਾ ਲਈਏ ਤੇ ਜਿਹੜਾ ਸਾਰਾ 250 ਕਮਰਿਆਂ ਦਾ ਟੀਚਾ ਹੈਗਾ ਵੇ ਜਿਹੜੇ ਸਾਡੇ 45 ਸਕੂਲਸ ਅਪਗ੍ਰੇਡ ਹੋਏ ਨੇ ਉਦੇ ਵਿੱਚ ਇਸ ਟਾਈਮ ਬਹੁਤ ਜ਼ਰੂਰਤ ਹੈਗੀ ਹੈ ਤੇ ਇੱਕ ਕਲਾਸਰੂਮ ਦੇ ਵਿੱਚੋਂ ਕਈ ਹਜ਼ਾਰ ਬੱਚਿਆਂ ਨੇ ਪੜ ਕੇ ਨਿਕਲਣਾ ਬਾਣੀ ਕਹਿੰਦੀ ਏ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਹਾ ਪਛਾਣੇ ਸੇ ਕਿ ਜਦੋਂ ਗੁਰੂ ਨਾਨਕ ਦੇ ਘਰ ਦਾ ਰਸਤਾ ਜਿਹੜਾ ਹੈਗਾ ਵੇ ਉਹ ਦਸਵੰਤ ਹੀ ਹੈਗਾ ਵੇ ਤੇ ਬਾਕੀ ਕੌਮ ਜਿਹੜੀ ਸਾਡੀ ਏ ਉਹ ਤਰੱਕੀ ਕਰ ਸਕਦੀ ਏ ਇੱਕੋ ਹੀ ਰਸਤਾ ਹੈਗਾ ਵੇ এডਿਕੇਸ਼ਨ 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 ਜੇ ਅਸੀਂ ਸਾਰੇ ਕੌਮ ਦਾ ਦਰਦ ਰੱਖਦੇ ਆ ਤੇ ਜਿਹੜੇ ਆਪਾਂ ਹੋਰ ਬਹੁਤ ਸਾਰੇ ਪਰਉਪਕਾਰ ਆਲਰੇਡੀ ਕਰ ਰਹੇ ਆਂ ਅਸੀਂ ਗੁਰੂ ਘਰ ਚ ਲੰਗਰ ਵੀ ਕਰਾਣੇ ਆਂ ਅਸੀਂ ਆਪਣੇ ਪਿੰਡਾਂ ਵਿੱਚ ਵੀ ਸਪੋਰਟ ਕਰ ਰਹੇ ਆਂ ਘਰਾਂ ਵਿੱਚ ਵੀ ਕਹਿੰਦੇ ਚੈਰਿਟੀ ਸਾਡ ਸ਼੍ਰੋਮਿਓ ਹੋਮ ਅਸੀਂ ਘਰਾਂ 'ਚ ਵੀ ਸਪੋਰਟ ਕਰਦੇ ਆਂ ਬਟ ਐਸ ਟਾਈਮ ਦੇ ਉੱਤੇ ਜਿਹੜੀ ਪ੍ਰਾਇਓਰਟੀ ਨੀਡ ਜਿਹੜੀ ਹੈਗੀ ਹੈ ਸਾਡੀ ਕੌਮ ਦੀ ਉਹ ਐਜੂਕੇਸ਼ਨ ਹੈਗੀ ਹੈ ਤੇ ਹੱਥ ਜੋੜ ਕੇ ਇਹੋ ਬੇਨਤੀ ਹੈ ਕਿ ਆਪ ਸਾਰੇ ਕਾਲ ਕਰੋ ਥੱਲੇ ਨੰਬਰ ਚੱਲ ਰਿਹਾ ਹੈਗਾ ਵੇ ਤੇ ਜਿੰਨਾ ਵੀ ਵੱਤੋਂ ਵੱਧ ਹਿੱਸਾ ਆਨਾ ਦਵਾਨਾ ਪੈਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਦੇਣ ਵਾਲੇ ਦੀ ਪਰਮਾਤਮਾ ਨੀਅਤ ਦੇਖਦੇ ਹੈਗੇ ਨੇ ਪ੍ਰੇਮ ਦੇਖਦੇ ਨੇ ਭੁੱਖ ਦੇਖਦੇ ਹੈਗੇ ਨੇ ਤੇ ਆਪ ਜਿੰਨਾ ਵੀ ਹਿੱਸਾ ਦੋ ਤੇ ਉਹ ਸਾਡੇ ਸਿਰ ਮੱਥੇ ਉੱਤੇ ਤੇ ਉਹ ਤੁਹਾਡਾ ਆਪਣਾ ਵੀ ਭਲਾ ਸਾਡਾ ਵੀ ਭਲਾ ਤੇ ਕੌਮ ਦਾ ਵੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਏ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਮੈਂ ਇੱਕ ਬਾਰੀ ਫੇਰ ਪਰਮਜੀਤ ਸਿੰਘ 베ਦੀ ਜੀ ਨੂੰ ਥੈਂਕ ਯੂ ਕਰਦੀ ਹਾਂ ਤੁਸੀਂ ਸਾਨੂੰ ਇੱਥੇ ਸੱਦਿਆ ਜੋ ਸਾਰੀ ਸੰਗਤਾਂ ਸਾਡੇ ਨਾਲ ਇੱਥੇ ਖੁਦ ਪਹੁੰਚੀਆਂ ਉਹਨਾਂ ਨੂੰ ਥੈਂਕ ਯੂ ਕਰਦੀ ਹਾਂ ਥੈਂਕ ਯੂ ਫॉर ਜੁਆਇਨਿੰਗ ਅਸ ਇੰਨੇ ਵਧੀਆ ਵਧੀਆ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਤੇ ਕੌਮ ਦਾ ਜੋ ਇਹ ਮਿਸ਼ਨ ਹੈਗਾ ਉਹਨੂੰ ਤੁਸੀਂ ਸਪੋਰਟ ਕੀਤੀ ਖਾਸ ਕਰਕੇ ਜੋ ਯੂਥ ਇੱਥੇ ਪਹੁੰਚੀ ਹੈ ਉਹਨਾਂ ਨੇ ਸਾਡੀ ਅਗਲੀ ਪੀੜ੍ਹੀ ਲਈ ਇੱਕ ਰਾਹ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਕਿ ਇਹ ਬੇੜਾ ਸਾਡਾ ਹੈਗਾ ਹੁਣ ਬਜ਼ੁਰਗਾਂ ਨੇ ਸਾਨੂੰ ਰਾਹ ਜ਼ਰੂਰ ਦਿਖਾਇਆ ਹੈ ਸਾਡੇ ਗੁਰੂਆਂ ਨੇ ਸਾਨੂੰ ਦਿਖਾਇਆ ਬਤੁਨਾ ਹੁਣ ਸਾਡੀ ਜ਼ਿੰਮੇਵਾਰੀ ਇਹਦੇ ਤੇ ਬੰਦੀ ਹੈ ਇੱਕ ਵਾਰੀ ਫਿਰ ਰਵੀਦੀਪ ਕੌਰ ਮੁਕਤਾ ਜੀ ਦਾ ਨੰਬਰ ਸਕਰੀਨ ਤੇ ਲਿਖਿਆ ਹੋਇਆ ਹੈ ਜਰੂਰ ਇਹਨੂੰ ਨੋਟ ਕਰ ਲਓ ਉਹਨਾਂ ਦੇ ਨਾਲ ਡਾਇਰੈਕਟਲੀ ਸੰਪਰਕ ਕਰੋ ਜਿਸ ਤਰ੍ਹਾਂ ਗੁਰੂਆਂ ਨੇ ਕਿਹਾ ਹੈ ਕਿ ਦਿਸਵੰਤ ਕੱਢੋ ਖਾਸ ਕਰਕੇ ਇਸ ਕਾਰਜ ਲਈ ਜੋ ਕਿ ਸਾਡਾ ਸਾਰਿਆਂ ਦਾ ਸਾਂਝਾ ਕਾਰਜ ਹੈਗਾ ਇਹਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ